ਸੋ ਅੱਜ ਦੇ ਪ੍ਰੋਗਰਾਮ ਦੇ ਸਾਡੇ ਸੈਮੀਨਾਰ ਦੇ ਪਹਿਲੇ ਸਪੀਕਰ ਸਰਦਾਰ ਰਾਜਵਿੰਦਰ ਸਿੰਘ ਜੀ ਰਾਹੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਉਣ ਤੇ ਆਪਣੇ ਵਿਸ਼ੇ ਦਾ ਨਾਲ ਸੰਬੰਧਿਤ ਸਾਡੇ ਨਾਲ ਗੱਲਬਾਤ ਕਰਨ। ਰਾਜਵਿੰਦਰ ਸਿੰਘ ਜੀ ਰਾਹੀ ਪਿੰਡ ਰਾਏਕੋਟ ਕੋਲ ਚੱਕ ਭਾਈ ਕਾ ਨਾਲ ਕੋਲ ਰਹਿੰਦੇ ਨੇ ਤੇ ਖੇਤੀਬਾੜੀ ਨਾਲ ਸੰਬੰਧਿਤ ਕੰਮ ਕਰਦੇ ਨੇ। ਲਿਖਣ ਪੜ੍ਹਨ ਦਾ ਇਹਨਾਂ ਨੂੰ ਸ਼ੌਂਕ ਹੈ ਤੇ ਬਹੁਤ ਚੇਰ ਇਹ ਨਕਸਲ ਮੂਵਮੈਂਟ ਦੇ ਨਾਲ ਜੁੜੇ ਰਹੇ ਨੇ ਤੇ 84 ਤੋਂ ਬਾਅਦ ਪੰਜਾਬ ਦੇ ਵਿੱਚ ਵਾਪਰੇ ਹਾਲਾਤਾਂ ਤੋਂ ਬਾਅਦ ਇਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜੀ ਖੱਬੇ ਪੱਖੀ ਵਿਚਾਰਧਾਰਾ ਜਾਂ ਹੋਰ ਸਭ ਗੱਲਾਂ 'ਤੇ ਕਾਫੀ ਪੜਚੋਲ ਕੀਤੀ ਹੈ ਅਤੇ ਉਹਨਾਂ ਦਾ ਨਤੀਜਾ ਜੋ ਇਹਨਾਂ ਦੀਆਂ ਕੁਝ ਕਿਤਾਬਾਂ ਇਹਨਾਂ ਨੇ ਸਾਡੇ ਰੂਬਰੂ ਕੀਤੀਆਂ ਹਨ, ਸੰਤ ਰਾਮ ਉਦਾਸੀ ਕਵਿਤਾਵਾਂ ਜੀਵਨ 'ਤੇ ਸਮੁੱਚੀ ਰਚਨਾ, ਸੰਤ ਰਾਮ ਉਦਾਸੀ ਸਿਮਰਤੀ ਗ੍ਰੰਥ ਸੰਪਾਦਨਾ ਜਿੱਥੇ ਪਾਸ਼ ਰਹਿੰਦਾ ਹੈ ਜੀਵਨੀ, ਪੰਜਾਬ ਦੀ ਪੱਗ ਜਸਵੰਤ ਸਿੰਘ ਕੰਵਲ, ਮੇਰੀ ਰਾਮ ਕਹਾਣੀ ਬਾਬਾ ਸੋਹਣ ਸਿੰਘ ਭਕਨਾ, ਗਦਰ ਲਹਿਰ ਦੀ ਅਸਲ ਗਾਥਾ ਭਾਗ 1 ਅਤੇ 2 ਸਾਡੇ ਵਿੱਚ ਇਹਨਾਂ ਨੇ ਵਿੱਚ ਇਸ ਟਾਈਮ ਮੌਜੂਦ ਨੇ ਅਤੇ ਗਦਰ ਲਹਿਰ ਦੀ ਗਾਥਾ 3 ਅਤੇ 4 ਜਿਨ੍ਹਾਂ 'ਤੇ ਕੰਮ ਚੱਲ ਰਿਹਾ ਅਤੇ ਉਹ ਬਹੁਤ ਛੇਤੀ ਪਾਠਕਾਂ ਦੇ ਰੂਬਰੂ ਹੋਏਗੀ ਅਤੇ ਮੈਂ ਰਾਜਵਿੰਦਰ ਸਿੰਘ ਰਾਹੀ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਗਦਰੀ ਬਾਬਿਆਂ ਦੀ ਪਵਿੱਤਰ ਅਤੇ ਸਤਿਕਾਰੀ ਜਾਤ ਦੇ ਵਿੱਚ ਜੁੜੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਉਹਨਾਂ ਗਦਰੀ ਬਾਬਿਆਂ ਦਾ ਦਿਨ ਮਨਾ ਕੇ ਉਹਨਾਂ ਸੰਬੰਧੀ ਗੱਲਬਾਤ ਕਰਕੇ ਉਹਨਾਂ ਦੇ ਇਤਿਹਾਸ ਦੀ ਗੱਲ ਨੂੰ ਗਾਂਹ ਤੋਰ ਕੇ ਬਹੁਤ ਹੀ ਵਧੀਆ ਕਾਰਜ ਕੀਤਾ। ਕਿਉਂਕਿ ਨਹੀਂ ਤਾਂ ਹੁਣ ਤੱਕ ਆਮ ਤੌਰ 'ਤੇ ਇਹ ਗਿਲਾ ਵੀ ਆ, ਤੱਥ ਵੀ ਆ, ਸੱਚ ਵੀ ਆ ਕਿ ਸਿੱਖ ਸੰਸਥਾਵਾਂ ਵੱਲੋਂ ਗਦਰੀ ਬਾਬਿਆਂ ਨੂੰ ਪੂਰੀ ਤਰ੍ਹਾਂ ਪ੍ਰਵਾਨ ਹੀ ਨਹੀਂ ਕੀਤਾ ਗਿਆ ਅਤੇ ਉਹਨਾਂ ਦੇ ਦਿਨ ਮਨਾਉਣ ਦਾ, ਮੇਲੇ ਲਾਉਣ ਦਾ, ਕੋਈ ਲਿਟਰੇਚਰ ਲਿਖਣ ਦਾ ਜਿਹੜਾ ਸਮੁੱਚਾ ਕਾਰਜ ਆ ਉਹ ਖੱਬੇ ਪੱਖੀਆਂ ਦੇ ਹੱਥ ਦੇ ਵਿੱਚ ਹੀ ਰਿਹਾ ਗਾ। ਅਤੇ ਹੁਣ ਜਦੋਂ ਪਿਛਲੇ ਸਾਲ ਤੋਂ ਗਦਰ ਲਹਿਰ ਦੀ 100 ਸਾਲਾ ਬਰਸੀ ਨੇੜੇ ਆਈ, ਚਰਚਾ ਚੱਲੀ, ਤਾਂ ਜਿਹੜਾ ਸਾਡਾ ਸਿੱਖ ਭਾਈਚਾਰਾ, ਸਿੱਖ ਸੰਸਥਾਵਾਂ, ਸਿੱਖ ਇੰਟੈਲੀਜੈਂਸੀ ਆ, ਸਿੱਖ ਬੁੱਧੀਜੀਵੀ ਇਸ ਮਾਮਲੇ ਸਰਗਰਮ ਹੋਏ ਨੇ ਅਤੇ ਇਹਦੇ ਨਾਲ ਸਰਗਰਮ ਹੋਣ ਨਾਲ ਇੱਕ ਬਹਿਸ ਵਟਾਂਦਰਾ ਵੀ ਛਿੜਿਆ। ਪਿਛਲੇ ਦਿਨਾਂ ਤੋਂ ਕਾਫੀ ਭਾਖਵੀਂ ਬਹਿਸ ਚੱਲੀ ਆ ਗਦਰੀ ਬਾਬਿਆਂ ਬਾਰੇ। 31 ਮਾਰਚ ਨੂੰ ਦੇਸ਼ ਭਗਤ ਜਾਗਰ ਹਾਲ ਦੇ ਵਿੱਚ ਬ੍ਰਹਿਮ ਸਿੰਘ ਸੰਧੂ ਦਾ ਲੈਕਚਰ ਸੀ, ਗਦਰੀ ਬਾਬੇ ਕੌਣ ਸਨ। ਉਸ ਤੋਂ ਪਹਿਲਾਂ 2 ਸਾਲ ਹੋ ਗਏ ਮੈਂ ਅੰਮ੍ਰਿਤਸਰ ਟਾਈਮਜ਼ ਅਮਰੀਕਾ ਤੋਂ ਪਰਚਾ ਨਿਕਲਦਾ, ਬਾਈ ਦਲਜੀਤ ਸਿੰਘ ਸਰਾਮ ਬੈਠੇ ਨੇ ਸੰਪਾਦਕ, ਉਹ 'ਚ ਗਦਰ ਲਹਿਰ ਬਾਰੇ ਇੱਕ ਲੜੀਵਾਰ ਆਰਟੀਕਲ ਸ਼ੁਰੂ ਕੀਤਾ ਸੀ ਜਿਹੜਾ ਲਗਭਗ ਸਾਲ ਭਰ ਚੱਲਿਆ ਕਾਲਮ ਉਹ, ਅਤੇ ਉਹਦੀ ਬਦੌਲਤ 3 ਕਿਤਾਬਾਂ ਮੈਂ ਸੰਪਾਦਨ ਕੀਤੀ, ਗਦਰ ਲਹਿਰ ਦੀ ਅਸਲੀ ਗਾਥਾ ਭਾਗ 1, 2 ਅਤੇ ਬਾਬਾ ਸੋਹਣ ਸਿੰਘ ਭਕਨਾ ਦੀ ਇੱਕ ਜੇਲ੍ਹ 'ਚ ਲਿਖੀ ਗਈ 1930 ਦੌਰਾਨ ਸਵੈ ਜੀਵਨੀ ਮੇਰੀ ਰਾਮ ਕਹਾਣੀ, ਉਹ ਪਾਠਕਾਂ ਦੇ ਰੂਬਰੂ ਪੇਸ਼ ਕੀਤੀਆਂ ਨੇ। ਅਤੇ ਇਹਦੇ ਨਾਲ ਇੱਕ ਬੜੀ ਤਿੱਖੀ ਬਹਿਸ ਖੱਬੇ ਪੱਖੀਆਂ ਦਰਮਿਆਨ ਅਤੇ ਸਿੱਖ ਬੁੱਧੀਜੀਵੀਆਂ ਅਤੇ ਚਿੰਤਕਾਂ ਦਰਮਿਆਨ ਇੱਕ ਚੱਲ ਪਈ ਅਤੇ ਬਹਿਸ ਦਾ ਸ਼ੁਰੂ ਹੋਣਾ ਬਹੁਤ ਵਧੀਆ ਗੱਲ ਆ, ਕੋਈ ਤੰਦਰੁਸਤੀ ਵਾਲੇ ਪਾਸੇ ਵਧੇ, ਸੱਚਾਈ ਸਾਹਮਣੇ ਆਵੇ, ਇਹ ਆਉਣੀ ਵੀ ਚਾਹੀਦੀ ਹੈ। ਕਿਉਂਕਿ ਬਹਿਸ ਦੇ ਵਿੱਚੋਂ ਜਿਹੜਾ ਮੁੱਖ ਨੁਕਤਾ ਜਿਹੜਾ ਮੇਰੇ 'ਤੇ ਆਧਾਰਤ ਆ ਜਾਂ ਮੈਨੂੰ ਉਹਦਾ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਇਹੀ ਆ ਕਿ ਰਾਹੀ ਗਦਰੀ ਬਾਬੇ ਨੂੰ ਸਿੱਖ ਬਣਾ ਰਿਹਾ, ਇਹ ਸਿੱਖ ਬਣਾ ਰਿਹਾ। ਹੁਣੇ ਮੈਨੂੰ ਸੁਰਜੀਤ ਸਿੰਘ ਗੋਪੀਪੁਰ ਨੇ ਦੱਸਿਆ ਵੀ ਗੁਲਾਮ ਕਲਮ ਕੋਈ ਵੈਬਸਾਈਟ ਆ ਉਹਦੇ 'ਤੇ ਵੀ ਪਾਇਆ ਕਿਸੇ ਮੁੰਡੇ ਨੇ ਵੀ ਸਿੱਖ ਬਣਾਉਣ ਦੀ ਸੋਚ ਬੜੀ ਖਤਰਨਾਕ ਆ ਬਾਬਿਆਂ ਨੂੰ। ਖੱਬੇ ਪੱਖੀਆਂ ਵੱਲੋਂ ਹੁਣ ਤੱਕ ਜੋ ਗਦਰੀ ਬਾਬੇ ਦਾ ਇਤਿਹਾਸ ਲਿਖਿਆ ਗਿਆ ਉਹ ਇਤਿਹਾਸ ਕੀ ਆ ਉਹ ਸਰਦਾਰ ਜਮੇਰ ਸਿੰਘ ਹੋਰਾਂ ਨੇ ਬੜਾ ਡੂੰਘਾ ਅਧਿਐਨ ਕੀਤਾ, ਉਹ ਦੱਸਣਗੇ। ਪਰ ਖੱਬੇ ਪੱਖੀਆਂ ਵੱਲੋਂ ਗੱਲ ਇੱਕ ਮੁਕਾ ਚੁੱਕਿਆ ਵੀ ਜੋ ਉਹਨਾਂ ਨੇ ਫਰੇਮ ਵਰਕ ਬਾਬਿਆਂ ਬਾਰੇ ਬਣਾਤਾ, ਜੋ ਧਾਰਨਾਵਾਂ ਉਹਨਾਂ ਨੇ ਬਾਬਿਆਂ ਬਾਰੇ ਸਿਰਜਤੀਆਂ, ਜੋ ਬਾਬਿਆਂ ਬਾਰੇ ਕਹਿ ਦਿੱਤਾ,
ਬਾਬਿਆਂ ਤੋਂ ਇਲਾਵਾ ਗਦਰ ਮੂਵਮੈਂਟ ਬਾਰੇ ਕਹਿਤਾ, ਇਹਦੇ ਖਾਸੇ ਬਾਰੇ, ਇਹਦੀ ਉਠਾਣ ਬਾਰੇ, ਇਹਦੇ ਚੱਲਣ ਬਾਰੇ, ਇਹਦੇ ਸੁਭਾਅ ਬਾਰੇ ਕਹਿਤਾ, ਉਹਨਾਂ ਲਈ ਆ ਵੀ ਇਹ ਪੱਥਰ ਤੇ ਲਕੀਰੇ ਬਦਲਿਆ ਨਹੀਂ ਜਾ ਸਕਦੇ, ਅਸੀਂ ਕਹਿਤਾ। ਜੇ ਕੋਈ ਬੰਦਾ ਨੂੰ ਚੈਲੰਜ ਕਰਦਾ, ਕੋਈ ਨਵੀਂ ਗੱਲ ਕਰਦਾ, ਉਹ ਕੁਫਰ ਆ, ਉਹ ਨਹੀਂ ਬਰਦਾਸ਼ਤ ਹੋ ਸਕਦੀ। ਸੋ ਜਿੰਨੀ ਕਦੇ ਤੋਂ 2 ਸਾਲ ਪਹਿਲਾਂ, ਜਿਵੇਂ ਕਿ ਸਾਡੇ, ਮੈਂ ਵੀ ਖੱਬੇ ਪੱਖੀ ਫਰੇਮਵਰਕ 'ਚ ਆਇਆ, ਸਾਰੇ ਉਸੇ 'ਚ ਹੀ ਗੁਜ਼ਰੇ ਹਾਂ। ਜਿੰਨੀ ਕੁ ਸਾਨੂੰ ਖੱਬੇ ਪੱਖਿਆਂ ਨੂੰ ਇੱਕ ਦਾਈਆ ਹੁੰਦਾ ਵੀ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਆ, ਤਾਂ ਮੈਨੂੰ ਵੀ ਬਾਬਿਆਂ ਬਾਰੇ ਇਹੀ ਸੀ, ਗਦਰ ਮੂਵਮੈਂਟ ਬਾਰੇ, ਵੀ ਮੈਨੂੰ ਵੀ ਇਹਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਆ। ਉਹ ਜਾਣਕਾਰੀ ਕਿੰਨੀ ਕੁ ਸੀ? ਜਾਣਕਾਰੀ ਇੰਨੀ ਕੁ ਸੀ ਵੀ ਗਦਰੀ ਬਾਬੇ ਜੀ ਕਨੇਡਾ ਅਮਰੀਕਾ ਤੋਂ ਆਏ ਨੇ 1 ਨੰਬਰ 'ਤੇ, 2 ਨੰਬਰ 'ਤੇ ਧਰਮ ਨਿਰਪੱਖ ਸੀ, 3 ਨੰਬਰ 'ਤੇ ਉਹਨੇ ਧਰਮ ਅਤੇ ਰਾਜਨੀਤੀ ਨੂੰ ਅਲੱਗ ਕਰਤਾ, ਉਹਨਾਂ ਧਰਮ ਅਤੇ ਰਾਜਨੀਤੀ ਦਾ ਕੋਈ ਸੰਬੰਧ ਨਹੀਂ ਸੀ। ਚੌਥੇ ਨੰਬਰ 'ਤੇ ਜੋ ਭਾਰਤੀ ਕਹਾਉਂਦੇ ਸੀ, ਉਹ ਸਿੱਖੀ ਛੱਡ ਗਏ ਸੀਗੇ, ਉਹ ਪੰਜਾਬੀ ਵੀ ਨਹੀਂ ਸੀ ਕਹਾਉਂਦੇ। ਇੰਨੀ ਕੁ ਜਾਣਕਾਰੀ ਸੀ ਮੈਨੂੰ, ਪਰ ਇਹਦੇ ਆਧਾਰ 'ਤੇ ਮੈਂ ਜਿੱਥੇ ਵੀ ਕਿਤੇ ਗੱਲ ਚੱਲੀ ਸੀ, ਬੜੇ ਸਵੈ ਭਰੋਸੇ ਨਾਲ, ਬੜੇ ਠੋਕ ਮਿੰਟਾਂ ਨਾਲ, ਬੜੀ ਬਾਬਿਆਂ ਦੇ ਬਾਰੇ ਸਾਨੂੰ ਜਾਣਕਾਰੀ ਆ। ਪਰ ਅਸਲ ਗੱਲ ਕੀ ਹੋਈ ਵੀ ਜਦੋਂ ਬਾਬਿਆਂ ਦੀ 100 ਸਾਲਾ ਬਰਸੀ ਦੀ ਚਰਚਾ ਸੀੜੀ, ਉਦੋਂ ਜਦੋਂ ਮੈਂ ਅਧਿਐਨ ਕਰਨ ਦਾ ਕੋਸ਼ਿਸ਼ ਕੀਤੀ, ਗਦਰ ਲਹਿਰ ਹੈ ਕਿਵੇਂ ਸੀ, ਕੌਣ ਬੰਦੇ ਸੀ ਇਹ, ਅਸਲ ਵਿੱਚ ਮੇਰੀ ਜਿਹੜੀ ਰੁਚੀ ਹੈ, ਮੇਰਾ ਕੋਈ ਇਤਿਹਾਸ ਨਾਲ ਸੰਬੰਧਿਤ ਨਹੀਂ, ਮੈਂ ਤਾਂ ਸਧਾਰਨ ਪਿੰਡ ਦੇ ਵਿੱਚ ਕੰਮ ਕਰਨ ਵਾਲੇ ਬੰਦਾ, ਪਰ ਮੇਰਾ ਨਾਵਲ ਅਤੇ ਕਹਾਣੀ ਨਾਲ ਵਾਸਤਾ ਬਹੁਤ ਜ਼ਿਆਦਾ ਹੈ, ਨੇੜਲਾ। ਮੈਨੂੰ ਇਸ ਵੀ ਕੋਈ ਇੱਦਾਂ ਦਾ ਨਾਵਲ ਲਿਖਣਾ ਚਾਹੀਦਾ ਉਹਨਾਂ ਬੰਦਿਆਂ ਬਾਰੇ, ਮਹਾਂਮਾਨਵ ਹੋਏ ਨੇ ਜਿਹਨੇ ਐਡੀ ਵੱਡੀ ਘਟਨਾ ਘਾਲੀ ਆ ਸਾਡੇ, ਅਸੀਂ ਦੇਖਦੇ ਹਾਂ। ਰੁਝਾਨ ਆ, ਚਾਹੇ ਤੁਸੀਂ 80 ਸਾਲ ਦੇ ਬੁੱਢੇ ਨੂੰ ਹੁਣ ਕਰੋ, ਬਾਬਾ ਜਾਣਾ ਅਮਰੀਕਾ, ਉਹ ਛਾਲ ਮਾਰੂ ਲੈ ਚੱਲੋ। ਪਰ ਉਹ ਬੰਦੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਤੋਂ 100 ਸਾਲ ਪਹਿਲਾਂ ਛੱਡ ਕੇ ਆਏ ਨੇ, ਉਹਨਾਂ ਅੰਦਰ ਕਿਹੜੇ ਚਿਣਕ ਸੀ, ਕੀ ਕਿਰਦਾਰ ਸੀ ਉਹਨਾਂ ਦਾ? ਕੋਈ ਆਲੂਆਂ ਦਾ ਬਾਦਸ਼ਾਹ ਕਿਹਾ ਜਾਂਦਾ, ਰਾਮ ਸਿੰਘ ਧੁਲੇਤਾ ਨੂੰ ਕੈਨੇਡਾ ਵਿੱਚ ਮਹਾਂਦਾਨੀ ਕਿਹਾ ਜਾਂਦਾ, $10,000 ਦਾ ਚੈੱਕ ਕੱਟ ਦੇਣਾ ਦਾਨ ਲਈ, ਮਾਮੂਲੀ ਗੱਲ ਆ ਉਹਦੇ ਲਈ, ਉਹ ਕਿਹੋ ਜਿਹੇ ਕਿਰਦਾਰ ਸੀ? ਮੇਰੀ ਜਿਹੜੀ ਰੁਚੀ ਸੀ ਉਹਨਾਂ ਦੇ ਅਸਲ ਕਿਰਦਾਰ ਨੂੰ ਸਮਝਣ ਦੀ ਸੀ, ਕੈਰੈਕਟਰ ਕੀ ਸੀ, ਨਾ ਕਿ ਸੀ ਮੈਂ ਹਿਸਟਰੀ ਨੂੰ ਸਮਝਣਾ। ਤਾਂ ਕਿ ਉਹਨਾਂ ਮੇਰੇ ਕੋਈ ਨਾਵਲ, ਕੋਈ ਕਹਾਣੀ, ਕੋਈ ਇਹੋ ਜਿਹੇ ਮੌਕੇ 'ਤੇ ਕਿਸੇ ਲੇਖਕ ਨੂੰ ਵੱਡਾ ਚੈਲੰਜ ਦਿੱਤਾ ਜਾਵੇ, ਯਾਰ ਬਾਬਿਆਂ ਬਾਰੇ ਕੋਈ ਨਾਵਲ ਕਹਾਣੀ ਆਉਣੀ ਚਾਹੀਦੀ ਆ, ਉਹਨਾਂ ਦੇ ਕਿਰਦਾਰ ਨੂੰ ਸਾਹਮਣੇ ਆਉਣਾ ਚਾਹੀਦਾ। ਇਹਦੇ ਪੜਤਾਲ ਕਰਦਾ ਕਰਦਾ, ਡੂੰਘਾ ਉਤਰਦਾ ਉਤਰਦਿਆਂ, ਤਾਂ ਜਦ ਮੈਂ ਇਤਿਹਾਸ ਦੀ ਹੋਰ ਖੋਜ ਕੀਤੀ, ਤਾਂ ਮੈਂ ਹੈਰਾਨ ਆਪਣੇ ਆਪ 'ਤੇ ਵੀ ਮੈਨੂੰ ਸ਼ਰਮਿੰਦਗੀ ਆਈ ਵੀ ਜਿਹੜੀ ਮੈਂ ਦਾਅਵਾ ਕਰੀ ਜਾਂਦਾ ਸੀ ਖੱਬੇ ਪੱਖੀ ਹੋਣ ਦਾ, ਅਤੇ ਵੀ ਮੈਨੂੰ ਬਾਬਿਆਂ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਆ, ਤਾਂ ਮੈਨੂੰ ਬਾਬਿਆਂ ਬਾਰੇ ਸਿਫਰ ਜਾਣਕਾਰੀ ਵੀ ਨਹੀਂ ਸੀ, ਤੋ ਬਾਬੇ ਕੀ ਨੇ? ਸਾਡੇ ਪਿਛਲੇ ਪਾਸੇ ਬਾਬਿਆਂ ਦੀ ਤਸਵੀਰ ਲੱਗੀ ਹੋਈ ਆ, ਇਹ ਤਸਵੀਰ 1936 ਦੀ ਤਸਵੀਰ ਆ, ਅੰਮ੍ਰਿਤਸਰ ਦੇ ਵਿੱਚ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦਫ਼ਤਰ 'ਚ ਖਿੱਚੀ ਗਈ, ਫੋਟੋਗ੍ਰਾਫਰ ਗੁਰਦਿਆਲ ਸਿੰਘ ਦੀ ਖਿੱਚੀ ਹੋਈ ਤਸਵੀਰ ਆ ਇਹ, ਉਹ ਉਸ ਸਮੇਂ ਦੀ ਤਸਵੀਰ ਆ ਜਦੋਂ ਸਾਰੇ ਬਾਬੇ ਲਗਭਗ ਜੇਲ੍ਹਾਂ 'ਚੋਂ ਰਿਹਾਅ ਹੋ ਕੇ ਆਏ ਨੇ, ਅਤੇ ਇਹਦੇ ਵਿੱਚ ਸਾਰੇ ਸਮੁੱਚੀ ਲੀਡਰਸ਼ਿਪ ਗਦਰ ਪਾਰਟੀ ਦੀ ਬੈਠੀ ਆ, ਕੈਨੇਡਾ ਵਾਲੀ ਵੀ, ਅਮਰੀਕਾ ਵਾਲੀ ਵੀ, ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਬੈਠੇ ਨੇ, ਉਹਨਾਂ ਦੇ ਨਾਲ ਹੀ ਸ੍ਰੀ ਸਾਹਿਬ ਦੇ ਟੇਕ ਰੱਖੀ, ਬਾਬਾ ਨਿਧਾਨ ਸਿੰਘ ਜੁੱਗਾ ਬੈਠੇ ਨੇ, ਬਾਬਾ ਸੋਹਣ ਸਿੰਘ ਪੱਕਣਾ ਬੈਠੇ ਨੇ, ਬਾਬਾ ਕਰਮ ਸਿੰਘ ਚੀਮਾ ਬੈਠੇ ਨੇ, ਪਿੱਛੇ ਭਾਈ ਭਗਵਾਨ ਸਿੰਘ ਦੁਸਾਂਝ ਖੜ੍ਹੇ ਨੇ, ਬਾਬਾ ਈਸ਼ਰ ਸਿੰਘ ਮਰਹਾਣਾ ਖੜ੍ਹੇ ਨੇ, ਸ੍ਰੀ ਸਾਹਿਬ ਪਾਇਆ ਥੱਲੇ ਨਜ਼ਰ ਆਉਂਦਾ, ਸੱਜਣ ਸਿੰਘ ਬਿਰਲਾ ਜੀ ਬੈਠੇ ਨੇ, ਇੰਦਰ ਸਿੰਘ ਪੱਧਰੀ ਬੈਠੇ ਨੇ, ਹਜ਼ਾਰਾ ਸਿੰਘ ਦਦੇਹਰ ਬੈਠੇ ਨੇ, ਹਰੀ ਸਿੰਘ ਗ੍ਰੰਥੀ ਚੋਟੀਆਂ ਬੈਠੇ ਨੇ, ਸਮੁੱਚੇ ਲੀਡਰਸ਼ਿਪ ਦਾ ਸਾਡੇ ਸਾਹਮਣੇ ਨਕਸ਼ਾ ਹੁਣ ਇੱਥੋਂ ਆ। ਕੌਣ ਸੀ ਗਦਰੀ ਬਾਬੇ? ਸਾਨੂੰ ਕੋਈ ਹੋਰ ਦੱਸਣ ਦੀ ਲੋੜ ਨਹੀਂ, ਉਹਨਾਂ ਦਾ ਸਰੂਪ, ਉਹਨਾਂ ਦੇ ਹੱਥਾਂ ਸ੍ਰੀ ਸਾਹਿਬ ਪੜੇ ਹੋਏ, ਉਹਨਾਂ ਦੇ ਗਾਤਰੇ ਵਾਲੀਆਂ ਕਿਰਪਾਨਾਂ ਪਈਆਂ, ਸਾਰੀਆਂ ਤੁਹਾਨੂੰ ਦੱਸਦੇ ਗਦਰੀ ਬਾਬੇ ਕੌਣ ਹੈ। 1936 ਦੀ ਤਸਵੀਰ ਆ, ਮੁੱਢਲੇ ਦੌਰ ਦੀ ਨਹੀਂ, ਜਦੋਂ ਕਿਹਾ ਜਾ ਸਕਦਾ ਵੀ ਬਾਬੇ 1920 ਤੋਂ ਬਾਅਦ ਰੂਸ ਦੀ ਵਿਚਾਰਧਾਰਾ ਅਧੀਨ ਕਮਿਸਟ ਬਣ ਗਏ ਸੀ, ਉਹਨੇ ਕਮਿਸਟ ਲਾਲ ਝੰਡਾ ਚੱਕ ਲਿਆ ਸੀਗਾ, ਤੇ ਹੁਣ ਵੀ ਜਦੋਂ ਉਹਨਾਂ ਦੇ ਮੇਲੇ ਮਨਾਇਆ ਤਾਂ ਲਾਲ ਝੰਡਾ ਦੀ ਖੜ ਹੁੰਦਾ ਉੱਥੇ ਬਾਬਿਆਂ ਦੇ। ਇਹ ਸਾਡੇ ਸਾਹਮਣੇ ਤਸਵੀਰ ਹੈ, ਇਹ ਤਸਵੀਰ ਨੂੰ ਸਮਝਦੇ ਹੋਇਆ ਮੈਂ ਉਸ ਇਤਿਹਾਸ ਨੂੰ ਸਮਝਿਆ। ਜਦੋਂ ਮੈਂ ਗਦਰ ਲਹਿਰ ਦੀਆਂ ਕਿਤਾਬਾਂ ਪੜ੍ਹੀਆਂ, ਗੁਰਚਰਨ ਸਿੰਘ ਸੈਂਸਰ ਦਾ ਲਿਖਿਆ ਹੋਇਆ ਇਤਿਹਾਸ ਪੜ੍ਹਿਆ, ਹੋਰ ਪੜ੍ਹਿਆ, ਉਦੋਂ ਪੰਜਾਬ ਦੀਆਂ ਸਮਕਾਲੀ ਘਟਨਾਵਾਂ, ਪੰਜਾਬ ਦੀ ਆਬਾਦੀ ਬਾਰੇ ਜਾਣਕਾਰੀ ਹਾਸਲ ਕੀਤੀ, ਤਾਂ ਤੱਥ ਬੜੇ ਬੇਰਹਿਮ ਮੇਰੇ ਸਾਹਮਣੇ ਪੇਸ਼ ਆਏ। ਉਸ ਸਮੇਂ 1911 ਦੇ ਵਿੱਚ ਮਰਦਮਸ਼ੁਮਾਰੀ ਸਾਡੀ ਪੰਜਾਬ ਦੀ ਹੁੰਦੀ ਆ, ਅਤੇ ਪੰਜਾਬ ਦੀ ਜਿਹੜੀ ਆਬਾਦੀ ਆ, ਬਹੁਤ ਵੱਡਾ ਪੰਜਾਬ ਸੀ ਦਿੱਲੀ ਤੱਕ, ਉਦੋਂ ਇੱਥੇ 52% ਮੁਸਲਮਾਨ ਨੇ, 36% ਹਿੰਦੂ ਨੇ, ਅਤੇ ਸਿੱਖਾਂ ਦੀ ਆਬਾਦੀ ਸਾਰੀ 12% ਆ।
1911 ਦੀ ਮਰਦਮਸ਼ੁਮਾਰੀ ਦੀ ਰਿਪੋਰਟ ਹੈ ਪਰ ਜਦੋਂ ਗਦਰ ਮੂਵਮੈਂਟ ਦੀ ਅਸੀਂ ਗੱਲ ਕਰਦੇ ਹਾਂ 14-15 ਦੀ ਉਸ ਮੂਵਮੈਂਟ ਦੇ ਵਿੱਚ ਐਡੀ ਆਬਾਦੀ ਦੇ ਬਾਵਜੂਦ ਫਰਕਾਂ ਦੇ ਬਾਵਜੂਦ ਤੇ 95% ਸਿੱਖਾਂ ਦੀ ਸ਼ਮੂਲੀਅਤ ਹੈ 88% ਜਿਹੜੇ ਵਰਗ ਆ ਸਾਡਾ ਉਹਦੀ ਸ਼ਮੂਲੀਅਤ ਸਿਰਫ 5% ਆ ਦੁੱਖ ਹੋਇਆ ਇਸ ਗੱਲ ਦਾ ਕਿਉਂ ਖੱਬੇ ਪੱਖੀ ਕਲਚਰ ਆ ਇਹਦਾ ਇੱਕ ਵਿਧੀ ਵਿਧਾਨ ਆ ਵੀ ਜੇ ਕੋਈ ਬੰਦਾ ਜਾਤਾਂ ਦੀ ਜਾਂ ਧਰਮ ਦੀ ਗੱਲ ਕਰਦਾ ਉਹ ਦੱਬ ਕੇ ਖੁੰਬ ਠੱਪੀ ਜਾਂਦੀ ਆ ਵੀ ਉਹ ਬੰਦਾ ਸਮਾਜ ਨੂੰ ਪਾੜ ਰਿਹਾ ਤਾਂ ਬੰਦਾ ਫਿਰਕੂ ਹੋ ਗਿਆ ਇਦੋਂ ਕਹਾਂ ਜੇ ਕੋਈ ਖੋਜੀ ਹਿੰਦੂ ਸਿੱਖ ਦੀਆਂ ਟਰਮਾਂ 'ਚ ਗੱਲ ਕਰੇ ਉਹ ਤਾਂ ਉਦੋਂ ਵੀ ਖੁੰਬ ਠੱਪੀ ਜਾਂਦੇ ਵੀ ਨਹੀਂ ਹਿੰਦੂ ਸਿੱਖ ਦੀਆਂ ਟਰਮਾਂ 'ਚ ਗੱਲ ਕਰਨੀ ਤਾਂ ਗੁਨਾਹ ਗਾ ਪਰ ਜਿਹੜਾ ਇਹ ਕਿਸੇ ਪੋਲੀਟੀਕਲ ਬੰਦੇ ਦਾ ਹੋ ਸਕਦਾ ਦੋਨੇ ਪਰਦਾ ਪਾਉਣਾ ਸੱਚਾਈ 'ਤੇ ਪੋਲੀਟੀਕਲ ਪਾਰਟੀ ਦਾ ਪ੍ਰੋਬਲਮ ਤਾਂ ਹੋ ਸਕਦਾ ਪਰ ਜਿਹੜਾ ਕਿ ਖੋਜੀ ਆ ਜਿਹਨੇ ਖੋਜ ਕਰਨੀ ਆ ਜਿਹਨੇ ਸੱਚਾਈ ਸਾਹਮਣੇ ਲਿਆਉਣੀ ਆ ਉਹਦੇ ਲਈ ਇਹ ਬੰਦਸ਼ ਤੋਂ ਮੁਕਤ ਹੋਣਾ ਪਊਗਾ ਇਹ ਜਿਹੜਾ ਇੰਟਲੈਕਚੁਅਲ ਟੈਰਰ ਆ ਪੋਲੀਟੀਕਲ ਟੈਰਰ ਆ ਇਹ ਟੈਰਰ ਤੋਂ ਮੁਕਤ ਹੋਣਾ ਪਊਗਾ ਉਹਨੂੰ ਸੱਚਾਈ ਦੇ ਸਾਹਮਣੇ ਕਰਨਾ ਪਊਗਾ ਰੂਬਰੂ ਕਰਨਾ ਪਊ ਇੰਨੀ ਆਬਾਦੀ ਦੇ ਤਵਾਜਨ ਦਾ ਵੱਡੇ ਫਰਕ ਦੇ ਬਾਵਜੂਦ ਤੇ ਸ਼ਮੂਲੀਅਤ ਕਿਹੜੇ ਬੰਦਿਆਂ ਦੀ ਹੈ ਫਿਰ ਮੈਂ ਪਿੱਛੇ ਗਿਆ ਚਲੋ ਮੈਂ ਪਹਿਲਾਂ ਕਰੈਕਟਰ ਦੀ ਗੱਲ ਕਰਕੇ ਹਾਂ ਡਾਕਟਰ ਸੁਰਿੰਦਰ ਸਿੰਘ ਜੀ ਬੈਠੇ ਨੇ ਨਾਵਲ ਦੇ ਬੰਦੇ ਨੇ ਮੈਂ ਕਰੈਕਟਰ ਕੀ ਸੀ ਕੈਨੇਡਾ ਅਮਰੀਕਾ ਦੀ ਧਰਤੀ ਦੇ ਉੱਤੇ ਜਿਵੇਂ ਹੁਣੇ ਪੇਪਰ ਪੜਿਆ ਗਿਆ ਮਲਵਿੰਦਰ ਜੀਤ ਸਿੰਘ ਵੜੈਚ ਦਾ ਸਾਰੇ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਗਦਰ ਮੂਵਮੈਂਟ ਦੀ ਗੱਲ ਚੱਲਦੀ ਹੈ ਜੋ ਨਿਲਸਜ ਹੁੰਦਾ ਉਹ ਜੋ ਸਾਡੇ ਕੋਲ ਖੱਬੇ ਪੱਖੀ ਇੱਕ ਸੋਸ਼ਲ ਇਕਨੋਮਿਕ ਫਾਰਮੂਲੇ ਦੋ ਉਹਦੇ ਨਜ਼ਰੀਏ ਰਾਹੀਂ ਹੁੰਦਾ ਮੋਟਾ ਜਿਹਾ ਫਾਰਮੂਲਾ ਜਿਹੜੇ ਸਮਾਜੀ ਤੇ ਆਰਥਿਕ ਹਾਲਤਾਂ ਨੇ ਬੰਦੇ ਨੂੰ ਉਹ ਮਜਬੂਰ ਕਰ ਦਿੰਦੀਆਂ ਉਹ ਆਰਥਿਕ ਤੇ ਸਮਾਜੀ ਹਾਲਤਾਂ ਦੇ ਵਿੱਚੋਂ ਇੱਕ ਚੇਤਨਾ ਪੈਦਾ ਹੋ ਜਾਂਦੀ ਆ ਉਹ ਚੇਤਨਾ ਦੇ ਪੈਦਾ ਹੋਣ ਦਾ ਫਰਕ ਬੰਦਾ ਲੜਾਈ ਦੇ ਪੈਂਤੜੇ ਤੇ ਜਾਂਦਾ ਤੇ ਜੰਗ ਚੱਲ ਪੈਂਦੀ ਆ ਸੌਖੇ ਜਿਹੇ ਫਾਰਮੂਲੇ 'ਚ ਗਦਰ ਮੂਵਮੈਂਟ ਪੈਦਾ ਹੋਊਗੀ ਲਓ ਜੀ ਬੰਦੇ ਗਏ ਨੇ ਕੈਨੇਡਾ ਅਮਰੀਕਾ ਉੱਥੇ ਜਾ ਕੇ ਸੋਸ਼ਲ ਡਿਸਕ੍ਰੀਮੀਨੇਸ਼ਨ ਹੋ ਗਈ ਉਹਨਾਂ ਨਾਲ ਨਸਲਵਾਦੀ ਹੋ ਗਿਆ ਵਿਤਕਰਾ ਹੋਣ ਲੱਗ ਗਿਆ ਉਹ ਵਿਤਕਰੇ ਦੇ ਵਿੱਚੋਂ ਕੀ ਉਹਨੂੰ ਐਂ ਹੋ ਗਿਆ ਵਿਦੇਸ਼ ਨੂੰ ਯਾਦ ਕਰਿਆ ਤੇ ਬੰਦੇ ਤੁਰ ਪਏ ਸਿੱਧਾ ਜਿਹਾ ਫਾਰਮੂਲਾ ਤੇ ਲਹਿਰ ਦਾ ਅਨਰਸ ਜਿਹਾ ਹੋ ਗਿਆ ਪਰ ਸਵਾਲ ਮੇਰੇ ਲਈ ਖੜਾ ਹੋ ਗਿਆ ਉੱਥੋਂ ਪਰ ਸਿੱਖ ਹੀ ਕਿਉਂ ਤੁਰੇ ਨਸਲਵਾਦੀ ਵਿਤਕਰਾ ਤਾਂ ਉੱਥੇ ਬੰਗਾਲੀ ਹਿੰਦੂ ਬੈਠਾ ਸੀ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ 300 ਸੀ ਉਸ ਵਕਤ ਇਸ ਨੰਬਰ ਤੇ ਸਲੈਟਰੀ ਕਹਿੰਦੇ ਨੇ ਵੀ 300 ਬੰਗਾਲੀ ਹਿੰਦੂ ਵਿਦਿਆਰਥੀ ਸੀ ਉੱਥੇ ਕੈਨੇਡਾ ਦੇ ਵਿੱਚ ਤੇ ਅਮਰੀਕਾ 'ਚ ਬਹੁਤ ਜ਼ਿਆਦਾ ਸੀ ਉਹ ਕਿਉਂ ਨਾ ਤੁਰੇ ਉਹਨਾਂ ਨੂੰ ਜਿਹੜਾ ਉੱਥੋਂ ਦਾ ਵਿਤਕਰਾ ਹੋ ਰਿਹਾ ਸੀ ਉੱਥੋਂ ਦਾ ਜਿਹੜਾ ਨਸਲਵਾਦੀ ਸਰਕਾਰ ਸੀ ਉਹਨੇ ਕਿਉਂ ਨਾ ਕਚੋਟਿਆ ਉਹਨੇ ਕਿਉਂ ਨਾ ਤੰਗ ਕੀਤਾ ਉਹ ਤੋਂ ਬਿਨਾਂ ਯੂਰਪ ਦੇ ਵਿੱਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਹੁਣ ਜਿਹਨੂੰ ਅਸੀਂ ਆਜ਼ਾਦੀ ਦੇ ਮੁੱਖ ਮੰਨ ਲੈਂਦੇ ਨੇ ਜੀ ਉਹ ਆਜ਼ਾਦੀ ਦੇ ਪੱਥ ਪ੍ਰਦਰਸ਼ਕ ਨੇ ਉਹਨਾਂ ਨੇ ਬੀਜ ਬੀਜਿਆ ਉਹ ਕਿਉਂ ਨਾ ਤੁਰੇ ਮੈਂ ਉਹਨਾਂ ਕੰਮਾਂ ਕਿਉਂ ਨਾ ਤੁਰੀ ਇਹਦੇ ਨਾਲੋਂ ਦੱਖਣੀ ਅਫਰੀਕਾ ਤਾਂ ਹੱਦੋਂ ਵੱਧ ਜ਼ਿਆਦਾ ਵਿਤਕਰਾ ਸੀਗਾ ਤਾਂ ਕੁਲੀ ਕਹਿੰਦੇ ਸੀ ਜਿਹੜਾ ਪਰ ਗਾਂਧੀ ਖੁਦ ਕਹਿੰਦਾ ਵੀ ਜਿਹੜਾ ਵਪਾਰੀ ਸੀ ਉਹਨੂੰ ਵੀ ਕਹਿੰਦੇ ਸੀ ਕੁਲੀ ਫਰੈਸਟਰ ਨੂੰ ਵੀ ਕੁਲੀ ਕਹਿੰਦੇ ਸੀ ਇੰਡੀਅਨ ਕੁਲੀ ਕੁਲੀ ਇੱਕ ਆਮ ਕੌਮਨ ਨਾਂ ਸੀ ਇੰਡੀਅਨ ਲਈ ਦੱਖਣੀ ਅਫਰੀਕਾ 'ਚੋਂ ਬੰਦੇ ਕਿਉਂ ਨਾ ਤੁਰੇ ਸਿੱਖ ਹੀ ਕਿਉਂ ਤੁਰੇ ਜਦੋਂ ਮੇਰੇ ਸਾਹਮਣੇ ਸਵਾਲ ਖੜਾ ਹੋ ਗਿਆ ਫਿਰ ਮੈਂ ਤੈਨੂੰ ਰਜੂ ਕੀਤਾ ਆਪਣਾ ਖੋਜ ਕਰਨ ਦਾ 90% ਤੋਂ ਵੱਧ ਕੁਰਬਾਨੀਆਂ ਜਾਂ ਸਮੂਹਰੀਅਤ ਸਿੱਖਾਂ ਦੀ ਹੋਵੇ ਸਮੁੱਚੀ ਲੀਡਰਸ਼ਿਪ ਸਾਡੇ ਸਾਹਮਣੇ ਬੈਠੀ ਹੈ 1937 ਦੀ ਬੰਦੇ ਕਿੱਥੇ ਗਏ ਕਈ ਬੰਦੇ ਲਾਲਾ ਹਰਦਿਆਲ ਨੇ ਕੀਤਾ ਠੀਕ ਹੈ ਉਹਦਾ ਬਹੁਤ ਪੋਜ਼ਿਟਿਵ ਰੋਲ ਆ ਉਹਨੇ ਕੰਮ ਕੀਤਾ ਪਰ 1900 ਮਾਰਚ 1914 ਤੋਂ ਬਾਅਦ ਕਿੱਥੇ ਗਿਆ ਲਾਲਾ ਹਰਦਿਆਲ ਉਹਦਾ ਕਿਹੜਾ ਰੋਲ ਆ ਕਿੱਥੇ ਗਿਆ ਉਹਨੇ ਕਿਤਾਬ ਪੜ੍ਹੋ 44 ਮੰਥ ਦਿਨ ਜਰਮਨ ਟਰਕੀ ਲਗਭਗ ਉਹ ਸਾਰੀ ਉਮਰ ਅੰਗਰੇਜ਼ਾਂ ਦੀ ਚਾਪਲੂਸੀ ਕਰਨ ਤੇ ਮਾਫ਼ੀ ਮੰਗਣ ਤੋਂ ਸਾਰੀ ਉਮਰ ਲਾਤੀ ਪਰ ਦੂਜੇ ਪਾਸੇ ਤੋਂ ਇਹ ਕਿਰਦਾਰ ਅਸੀਂ ਦੇਖਦੇ ਹਾਂ ਅੰਡੇ ਮੰਨਦੇ ਜਿਹੜਾ ਦੇਖਦੇ ਹਾਂ ਹਜ਼ਾਰੇ ਬਾਗ ਦੇਖਦੇ ਹਾਂ ਉਸੇ ਪੱਚਤੀ ਉਹੀ ਚੜ੍ਹਦੀ ਕਲਾ ਜਿਹੜਾ ਨਾਰੇ ਜਕਾਰੇ ਗਜਾਉਂਦੇ ਆਏ ਨੇ ਜਹਾਜ਼ਾਂ 'ਚ ਅਤੇ ਅੰਡੇ ਮੰਨਦੇ ਜਿਹੜਾ 'ਚ ਵੀ ਉਹੀ ਇੱਕ ਦਿਨ ਨਿਰਾਸ਼ਾ ਹੈ ਹੀ ਨਹੀਂ ਕਿਤੇ ਢਿੱਲਾਪਣ ਵੀ ਹੈ ਨਹੀਂ ਕਿਸੇ ਗੱਲ ਦੀ ਆਪਣਾ ਪਛਤਾਵਾ ਹੀ ਨਹੀਂ ਅਸੀਂ ਗਲਤ ਕੀਤਾ ਜਦੋਂ ਬਾਬਾ ਸੋਹਣ ਸਿੰਘ ਭਗਰਾ ਦੀ ਹੁਣ ਫੋਟੋ ਛੱਪੀ ਆ ਕਿਤਾਬ 'ਤੇ ਮੇਰੀ ਰਾਮ ਕਹਾਣੀ 'ਤੇ ਕਾਲੀ ਦਾੜੀ ਆ ਸ਼ਾਹ ਕਾਲੀ ਤਦ ਜਦੋਂ ਬਾਬਾ 1937 'ਚ ਬੈਠਾ ਕੁੱਬ ਪੈ ਚੁੱਕੇ ਆ ਜਵਾਨੀਆਂ ਗਲ ਗਈਆਂ 20-20 ਸਾਲ 30-30 ਸਾਲ ਜਿਹੜਾ ਦੇ ਵਿੱਚ ਪਰ ਫਿਰ ਵੀ ਉਹੀ ਚੜ੍ਹਦੀ ਕਲਾ ਜਲਾਲ
ਕੋਈ ਢਿੱਲੀ ਗੱਲ ਨਹੀਂ, ਕੋਈ ਲਿੱਸੀ ਗੱਲ ਨਹੀਂ, ਕੋਈ ਪਛਤਾਵਾ ਨਹੀਂ, ਅਸੀਂ ਆਹ ਕੁਛ ਗਵਾ ਲਿਆ, ਫਿਰ ਵੀ ਉਹੀ। ਇਹ ਜਿਹੜਾ ਆਤਮਕ ਬਲ ਆ, ਇਹ ਚੜ੍ਹਦੀ ਕਲਾ ਦਾ, ਇਹ ਕਿੱਥੋਂ ਆਈ ਉਹਨਾਂ ਦੇ ਵਿੱਚ? ਹੁਣ ਜਦੋਂ ਦਮਨਕਾਰੀ ਗੱਲ ਸਥਿਤੀ ਦੀ ਗੱਲ ਕੀਤੀ ਆ, ਸਾਰੇ ਕਹਿੰਦੇ ਦਮਨਕਾਰੀ ਸਥਿਤੀਆਂ ਸੀ, ਉਹ ਦਮਨਕਾਰੀ ਸਥਿਤੀਆਂ ਨੇ ਗਦਰ ਲਹਿਰ ਪੈਦਾ ਕੀਤੀ ਆ। ਨਹੀਂ, ਜਿਹੜਾ ਪ੍ਰਮਾਣਿਤ ਫਾਰਮੂਲਾ ਮਾਰ ਸੀ, ਜਿਹਨੂੰ ਅਸੀਂ ਵਿਰੋਧ ਵਿਕਾਸੀ ਕਹਿੰਦੇ ਹਾਂ, ਉਹ ਇੱਥੇ ਫੇਲ ਹੋ ਜਾਂਦਾ। ਦਮਨਕਾਰੀ ਸਥਿਤੀਆਂ ਜਿਹੜੀਆਂ ਹੈਗੀਆਂ, ਅਸੀਂ ਵੀ ਇੱਥੇ ਦੇਖਦੇ ਹਾਂ ਪੰਜਾਬ ਦੇ ਵਿੱਚ ਮੂਵਮੈਂਟਾਂ ਚੱਲੀਆਂ, ਉਹ ਸਾਰਿਆਂ ਲਈ ਇੱਕੋ ਜਿਹੀਆਂ ਹੁੰਦੀਆਂ, ਹਰ ਵਰਗ ਲਈ, ਹਿੰਦੂਆਂ ਲਈ ਵੀ ਉਹੀ ਹੁੰਦੀਆਂ ਨੇ, ਸਿੱਖਾਂ ਲਈ ਵੀ ਇੱਕੋ ਜਿਹੀਆਂ ਹੁੰਦੀਆਂ ਦਮਨਕਾਰੀ ਸਥਿਤੀਆਂ, ਬਾਹਰ ਮੁੱਖ ਜਿਹੜੀ ਦਮਨਕਾਰੀ ਸਥਿਤੀ ਹੈ ਹਰ ਲਈ ਕੀ ਹੁੰਦੀ ਹੈ। ਪਰ ਉਹਨਾਂ ਦੇ ਪ੍ਰਤੀ ਜਿਹੜਾ ਦਮਨਕਾਰੀ ਸਥਿਤੀਆਂ, ਹਰ ਵਰਗ ਦਾ ਪ੍ਰਤੀ ਕਰਮ ਉਹ ਤਾਂ ਇੱਕੋ ਜਿਹਾ ਨਹੀਂ ਹੁੰਦਾ। ਇੱਕ ਵਰਗ ਤਾਂ ਉਹ ਦਮਨਕਾਰੀ ਸਥਿਤੀਆਂ ਦਾ ਟਾਕਰਾ ਕਰਨ ਦੀ ਜ਼ਰੂਰਤ ਪੈਦਾ ਹੁੰਦੀ ਆ, ਅਤੇ ਦੂਜਾ ਘੇਸਣ ਮਾਰਦਾ ਵੀ ਦਾੜ ਵੱਟ ਜਮਾਨਾ ਘੱਟ। ਸਥਿਤੀਆਂ ਦੋਨਾਂ ਲਈ ਇੱਕੋ ਜਿਹੀਆਂ ਨੇ। ਉਹ ਟਾਕਰਾ ਕਰਨ ਦੀ ਜਿਹੜੀ ਇੱਕ ਵਰਗ ਦੇ ਅੰਦਰ ਜ਼ਰੂਰਤ ਪੈਦਾ ਹੁੰਦੀ ਹੈ ਵੀ ਟਾਕਰਾ ਕਰੋ, ਉਹ ਟਾਕਰਾ ਕਰਨ ਦੀ ਜ਼ਰੂਰਤ ਕਿੱਥੋਂ ਪੈਦਾ ਹੁੰਦੀ ਆ? ਉਹ ਤਾਂ ਅੰਤਰੀਮ ਸ਼ਕਤੀ ਕਿੱਥੋਂ ਆਈ ਆ? ਉਹ ਆਤਮਕ ਬਲ ਕਿੱਥੋਂ ਪੈਦਾ ਹੁੰਦਾ? ਉਹ ਕੁਰਬਾਨੀ ਕਰਦਾ, ਸਾਰਾ ਕੁਝ ਜ਼ਿੰਦਗੀ ਨਿਸ਼ਾਬ ਕਰ ਦਿੰਦਾ। ਇਹ ਮਨੋਵਿਗਿਆਨ ਦਾ ਸਵਾਲ ਆ ਹੁਣ ਇੱਥੇ। ਇਹ ਮਨੋਵਿਗਿਆਨ ਦਾ ਸਵਾਲ ਇਹੀ ਹੈ ਵੀ ਜਿਹੜੀ ਉਹਦੇ ਅੰਦਰ ਅੰਤਰੀਮ ਸ਼ਕਤੀ ਪੈਦਾ ਹੋਈ ਆ ਦਮਨਕਾਰੀ ਸਥਿਤੀਆਂ ਨਾਲ ਟਾਕਰਾ ਕਰਨ ਦੀ, ਆਤਮਕ ਬਲ ਪੈਦਾ ਹੋਇਆ, ਉਹਦਾ ਸੋਮਾ ਕਿੱਥੇ ਆ? ਸੋਮਾ ਹੈਗਾ ਉਹਦਾ ਧਰਮ, ਇਤਿਹਾਸ, ਵਿਰਸਾ, ਸੰਸਕਾਰ, ਉੱਥੋਂ ਪੈਦਾ ਹੋਇਆ। ਜਦੋਂ ਸਾਡੇ ਸਿੱਖ ਉੱਥੇ ਗਏ ਨੇ ਪਹਿਲਾਂ, ਜਦੋਂ ਅਸੀਂ ਸੈਂਸਰ ਨੂੰ ਵੀ ਪੜ੍ਹਦੇ ਹਾਂ, ਜੋਸ਼ ਨੂੰ ਪੜ੍ਹਦੇ ਹਾਂ, ਪੁਰੀ ਸਾਹਿਬ ਨੂੰ ਪੜ੍ਹਦੇ ਹਾਂ, ਤਾਂ ਉਹਨਾਂ ਇੱਕੋ ਇੱਕ ਗੱਲ ਵੀ ਗਰੀਬੀ ਦੇ ਮਾਰੇ ਹੋਏ ਭੱਜੇ ਨੇ ਇੱਥੋਂ। ਕਾਲ ਪੈ ਗਿਆ, ਆਹ ਹੋ ਗਿਆ ਜੀ, ਅਬਸਨ ਦੀ ਰਿਪੋਰਟ ਆ, ਉਹ ਕਹਿੰਦਾ ਜੀ ਐਂ ਹੋ ਗਿਆ, ਗਰੀਬੀ ਸੀ, ਕਿਸਾਨੀ ਕਰਜ਼ੇ 'ਚ ਫਸ ਗਈ। ਇਹ ਜਿੰਨੇ ਗਏ ਨੇ ਉਦੋਂ ਚੰਗੇ ਖਾਂਦੇ ਪੀਂਦੇ ਪਰਿਵਾਰਾਂ 'ਚੋਂ ਸਿੱਖ ਕਿਸਾਨੀ 'ਚੋਂ ਗਏ ਨੇ। ਇਹਨਾਂ ਦੇ ਵਿੱਚੋਂ 90% ਫੌਜਾਂ ਦੀਆਂ ਨੌਕਰੀਆਂ ਕੀਤੀਆਂ ਬਾਬਿਆਂ ਨੇ, ਸਾਰੇ ਬਾਬੇ ਲਗਭਗ ਫੌਜ ਦੇ ਵਿੱਚ ਸੀ, ਫੌਜਾਂ ਦੀਆਂ ਨੌਕਰੀਆਂ ਕਰਦੇ ਬਾਬੇ ਗਏ ਨੇ। ਅਸਲ ਗੱਲ ਜਿਹੜੀ ਮੈਂ ਜੋੜਨਾ ਚਾਹੁੰਦਾ ਵੀ ਇਹਨਾਂ ਦੇ ਮਨ ਦੇ ਅੰਦਰ ਹੀ ਆਜ਼ਾਦੀ ਦੀ ਤਾਂਘ ਸੀ ਜ਼ਿਆਦਾ, ਆਜ਼ਾਦ ਜੀਵਨ ਜਿਉਣ ਦੀ, ਨਵਾਂ ਜੀਵਨ ਜਿਉਣ ਦੀ, ਗਰੀਬੀ ਦੀ ਬਜਾਏ ਹੋਰ। ਜਦੋਂ ਬਾਬਾ ਵਿਸਾਖਾ ਸਿੰਘ ਦਾ ਦੇਹਰ ਰਿਜ਼ਾਇਨ ਕਰਦਾ ਫੌਜ ਦੇ ਵਿੱਚੋਂ, ਉਹਨੂੰ ਰੋਕਦੇ ਨੇ, ਕਹਿੰਦੇ ਨਹੀਂ ਮੈਨੂੰ ਗੁਲਾਮੀ ਚੁੱਭਦੀ ਆ। ਭਾਈ ਭਾਗ ਸਿੰਘ ਭਿੱਖੀ ਪਿੰਡ ਕੋਲ ਗੁਲਾਮੀ ਚੁੱਭਦੀ ਅੰਗਰੇਜ਼ਾਂ ਦੀ, ਇੱਥੋਂ ਹੀ ਗੁਲਾਮੀ ਚੁੱਭਣ ਲੱਗ ਗਈ ਸੀ ਉਹਨਾਂ ਨੂੰ, ਜਿੰਦੀ ਗੁਲਾਮ ਆ ਇਹਨਾਂ ਨੂੰ, ਵਧੀਆ ਹੋਰ ਕੋਈ ਟੱਬ ਬਣਾਓ, ਚਲੋ ਚੱਲੀਏ ਕਨੇਡਾ ਅਮਰੀਕਾ, ਚਲੋ ਹਾਂਗਕਾਂਗ ਚੱਲੀਏ। ਉਹ ਜਿਹੜਾ ਗਏ ਆ ਇਹ, ਉੱਥੇ ਜਾ ਕੇ ਜਿਹੜੀ ਨਵੀਂ ਗੱਲ ਪੈਦਾ ਹੋਈ ਆ, ਜਦੋਂ ਅਸੀਂ ਦੇਖਦੇ ਹਾਂ ਵੀ ਉੱਥੇ ਨਸਲਵਾਦੀ ਰੁਚੀ, ਸੋਸ਼ਲ ਡਿਸਕ੍ਰਿਮੀਨੇਸ਼ਨ ਹੋਈ, ਨਿਲਕੜਾ ਹੁੰਦਾ ਸੀ ਥਾਂ ਥਾਂ, ਇਹ ਬੰਦੇ ਨਵੇਂ ਗਏ ਨੇ, ਸਰੂਪ ਅਲੱਗ ਆ, ਉਹ ਕਹਿੰਦਾ ਸੀ ਨਵੇਂ ਧਰਤੀ ਦਾ ਕਿਹੜਾ ਜੀ ਇੱਥੇ ਆ ਗਿਆ, ਲੋਕ ਖੜ ਖੜ ਕੇ ਦੇਖਦੇ, ਜਿਵੇਂ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਵੀ ਲਿਖਿਆ ਵੀ ਕਿਵੇਂ ਪੱਗ ਬੰਨਦੇ ਨੇ, ਕੀ ਇਹ ਕਰਦੇ ਨੇ, ਬਾਜ਼ਾਰਾਂ 'ਚ ਲੋਕ ਭੀੜਾਂ ਇਕੱਠੀਆਂ ਹੋ ਜਾਂਦੀਆਂ ਸੀਗੀਆਂ, ਇਹਨੂੰ ਛੇੜ ਕੇ ਦੇਖੋ ਕੀ ਨੇ, ਕਿਸ ਤਰ੍ਹਾਂ ਦੇ ਲੋਕ ਨੇ, ਖਿੱਚ ਦਾ ਕੇਂਦਰ ਬਣ ਗਏ ਮੁੱਖ ਤੌਰ 'ਤੇ, ਜਿਹਦੇ ਕਰਕੇ ਕੀ ਹੋਇਆ ਵੀ ਸੋਸ਼ਲ ਡਿਸਕ੍ਰਿਮੀਨੇਸ਼ਨ ਹੁੰਦੀ ਸੀਗੀ, ਠੀਕ ਆ, ਪਰ ਉੱਥੇ ਜਾ ਕੇ ਜਿਹੜਾ ਸਵਾਲਣ ਲਈ ਪੈਦਾ ਹੋ ਗਿਆ ਜ਼ਿੰਦਗੀ ਮੌਤ ਦਾ, ਉਹ ਸਵਾਲ ਜਿਹੜਾ ਹੋ ਗਿਆ ਇਹ ਸੀ ਇਹਦੇ ਜਿਹੜੀ ਸਰੂਪ ਦਾ, ਜੀਵਨ ਸ਼ੈਲੀ ਦਾ, ਕਕਾਰਾਂ ਦਾ, ਰਹਿਤ ਮਰਦ ਦਾ ਸਵਾਲ ਪੈਦਾ ਹੋ ਗਿਆ, ਮੈਨੂੰ ਬਚਾਇਆ ਕਿਵੇਂ ਜਾਵੇ ਹੁਣ ਇੱਥੇ? ਦੋ ਹੀ ਰਾਹ ਨੇ, ਜਾਂ ਤਾਂ ਜਿਹੜਾ ਉੱਥੇ ਹੋਰ ਆ ਰਿਹਾ ਸਮਾਜੀ ਪ੍ਰਚਾਰ ਕਰਦੇ ਸੀ, ਜਿਵੇਂ ਭਾਈ ਕਾਹਨ ਸਿੰਘ ਨਾਭਾ ਨੇ ਜ਼ਿਕਰ ਕੀਤਾ ਆਪਣੀ ਅਣਪ੍ਰਕਾਸ਼ ਸਫ਼ਰਨਾਮਾ ਦੇ ਵਿੱਚ, ਆ ਰਿਹਾ ਸਮਾਜੀ ਦਾ ਪ੍ਰਚਾਰ ਇਹ ਸੀ ਵੀ ਜੈਸਾ ਦੇਸ ਵੈਸਾ ਪੇਸ, ਹੋ ਜਾਓ ਮੋਨੇ ਕੋਨੇ, ਇਹਨਾਂ ਵਿੱਚ ਹੀ ਰਲ ਜਾਓ, ਵੱਖਰੇ ਹੋਣ ਦੀ ਲੋੜ ਨਹੀਂ। ਤਾਂ ਦੂਜੇ ਪਾਸੇ ਸਿੱਖ ਜਿਹੜੇ ਪੂਰਨ ਤੌਰ 'ਤੇ ਪਰਿਪੱਕ ਨੇ, ਰਹਿਤ ਮਰਿਆਦਾ 'ਚ ਪਰਿਪੱਕ ਨੇ, ਆਪਣੇ ਧਰਮ 'ਚ ਪਰਿਪੱਕ ਨੇ, ਸੰਸਕਾਰਾਂ ਪੱਖੋਂ ਪਰਿਪੱਕ ਨੇ, ਉਹਨਾਂ ਲਈ ਹੁਣ ਸਵਾਲ ਇਹ ਖੜਾ ਹੋ ਗਿਆ ਵੀ ਕੀਤਾ ਕੀ ਜਾਵੇ? ਜਾਂ ਤਾਂ ਘੋਲ ਮੋਰ ਬਣ ਕੇ ਇਸੇ ਮਰਜ਼ ਹੋ ਜਾਵੇ ਸੱਭਿਆਚਾਰ ਦੇ ਵਿੱਚ, ਅਤੇ ਜਾਂ ਫਿਰ ਆਪਣੀ ਜਿਹੜੀ ਜੀਵਨ ਸ਼ੈਲੀ, ਆਪਣੇ ਕਕਾਰ ਨੇ, ਆਪਣਾ ਧਰਮ, ਆਪਣਾ ਪਰੰਪਰਾ ਨੂੰ ਬਰਕਰਾਰ ਰੱਖਿਆ ਜਾਵੇ। ਜਿਹੜੀ ਗੱਲ ਸਭ ਤੋਂ ਵੱਧ ਗੁਲਾਮੀ ਦਾ ਅਹਿਸਾਸ ਉਹਨਾਂ ਨੂੰ ਹੋਇਆ, ਇਹ ਨਹੀਂ ਸੀ ਉਹਨਾਂ ਬਿਲਕਰਾ ਕੇ ਹੁੰਦਾ, ਉਹਨਾਂ ਨੂੰ ਸਭ ਤੋਂ ਵੱਧ ਮਜ਼ਦੂਰੀ ਮਿਲਦੀ ਸੀਗੀ, ਅੰਗਰੇਜ਼ ਕਾਰਖਾਨੇ ਹੱਸ ਕੇ ਉਹਨੂੰ ਲਾਉਂਦੇ ਸੀਗੇ। ਸਮਕਾਲੀ ਜਦੋਂ ਲਿਖਤਾਂ ਪੜ੍ਹਦਾ ਬਾਬਿਆਂ ਦੀਆਂ, ਤਾਂ ਉੱਥੇ ਤਾਂ ਲੋਕ ਦੇਖਦੇ ਸੀ ਵੀ ਕਿੱਥੋਂ ਆ ਗਏ ਇੱਡੇ ਤਾਕਤਵਰ ਲੋਕ, ਵੀ ਇੱਕ ਗੇਲੀ ਨੂੰ ਜਿਹੜੇ ਪੰਜ ਪੰਜ ਗੋਰੇ ਚੱਕੀ ਫਿਰ, ਉਹ ਇਕੱਲਾ ਇਕੱਲਾ ਮੋਢੇ ਤਾਂ ਨਹੀਂ ਫਿਰਦਾ ਸੀ, ਰੇੜੀ ਫਿਰਦੇ ਸੀਗੇ, ਉਹ ਤਾਂ ਭੱਜ ਕੇ ਕੰਮ 'ਤੇ ਲੋਚ ਆ ਜਾਓ, ਜਿੰਨਾ ਇਹ ਕੰਮ ਲੋਕ ਕਰਦੇ ਸੀਗੇ।
ਉੱਥੇ ਮੁਸ਼ਕਲ ਨੂੰ ਜਿਹੜੀ ਸਭ ਤੋਂ ਪੈਦਾ ਹੋਈ ਆ ਉਹਨਾਂ ਜੀਵਨ ਸ਼ੈਲੀ ਦੀ ਕਾਰ ਦੇ ਸਿੱਖ ਉਹਨਾਂ ਜਿਹੜੀ ਸੱਭਿਆਚਾਰਕ ਹਸਤੀ ਸੀਗੀ ਮੇਨ ਤੌਰ 'ਤੇ ਆਪਾਂ ਕਹੀਏ ਸੱਭਿਆਚਾਰਕ ਹਸਤੀ ਦਾ ਸੰਕਟ ਪੈਦਾ ਹੋ ਗਿਆ ਉੱਥੇ ਜਾ ਕੇ ਹੁਣ ਸਵਾਲ ਹੈ ਵੀ ਸੱਭਿਆਚਾਰਕ ਹਸਤੀ ਬਚਦੀ ਕਿਵੇਂ ਆ ਇਹਦਾ ਬਚਾਓ ਕੀ ਆ ਇਕੱਠੇ ਹੋਣੇ ਸ਼ੁਰੂ ਹੋ ਗਏ ਉੱਥੋਂ ਆਈਡੀਆ ਆਇਆ ਗੁਰਦੁਆਰੇ ਬਣਾਓ ਪਹਿਲਾਂ ਸਭ ਤੋਂ ਗੁਰਦੁਆਰਿਆਂ ਨਾਲ ਬੱਚੋ ਗੁਰਦੁਆਰੇ 'ਚ ਇਕੱਠੇ ਹੋਵਾਂਗੇ ਕੀਰਤਨ ਕਰਾਂਗੇ ਆਤਮਕ ਸ਼ਾਂਤੀ ਰੂਹਾਨੀਅਤ ਨਾਲ ਜੁੜਾਂਗੇ ਸਟਰੈਂਥ ਬਣੂਗੀ ਉੱਥੇ ਇਹ ਪੇਪਰ 'ਚ ਮੈਂ ਹੀਰਾ ਸਿੰਘ ਦਰਦ ਦਾ ਲਿਖਿਆ ਹੀਰਾ ਸਿੰਘ ਦਰਦ ਨੇ ਬੜੀ ਗੱਲ ਕਮਾਲ ਦੀ ਲਿਖੀ ਆ ਉਹ ਕਹਿੰਦਾ ਵੀ ਜਿਹੜਾ ਸਿੱਖ ਆ ਉਦੋਂ ਸਭ ਤੋਂ ਪਹਿਲਾਂ ਰੋਟੀ ਤੋਂ ਬਾਅਦ ਜੋ ਦੂਜੀ ਪੁਖਤਾ ਗੁਰਦੁਆਰਾ ਬਣਾਉਣ ਦੇਗਾ ਜਿੱਥੇ ਜਾਂਦਾ ਬਸ ਹੁਣ ਤਾਂ ਵੀ ਗੁਰਦੁਆਰੇ ਦੀ ਨਹੀਂ ਉਹ ਰੱਖਣੀ ਰੱਖਣੀ ਆ ਇੱਥੇ ਰੋਟੀ ਤੋਂ ਬਾਅਦ ਦੂਜੀ ਭੁੱਖ ਸੀ ਕਹਿੰਦਾ ਜੀ ਗੁਰਦੁਆਰੇ ਦੀ ਹੈ ਕੈਨੇਡਾ ਦੇ ਵਿੱਚ ਅਮਰੀਕਾ ਸਿੱਖਾਂ ਨੇ ਨਸ਼ੇ ਦੇ ਵਿੱਚ ਚਾਹੇ ਭਾਵੇਂ ਗੁਰਦੁਆਰਾ ਨਹੀਂ ਬਣਾਇਆ ਪੰਜ ਗ੍ਰੰਥੀ ਦਾ ਪ੍ਰਕਾਸ਼ ਕਰਕੇ ਉਹਨੇ ਆਪਣਾ ਇੱਕ ਸੰਗਠਨ ਸ਼ੁਰੂ ਕਰ ਲਿਆ ਪਾਠ ਸ਼ੁਰੂ ਕਰ ਲਿਆ 1908 ਦੇ ਵਿੱਚ ਵੈਨਕੂਵਰ ਦਾ ਪਹਿਲਾ ਗੁਰਦੁਆਰਾ ਬਣ ਗਿਆ ਹੁਣ ਗੁਰਦੁਆਰਾ ਬਣਨ ਦਾ ਨਾਲ ਕੀ ਹੈ ਇਹ ਨਹੀਂ ਗੱਲ ਕੀ ਉਹ ਉਹਨੇ ਜਿਹੜੇ ਸਿੱਖਾਂ ਦੇ ਨਿਆਰੇ ਹਸਤੀ ਦੇ ਵੱਖਰੀ ਪਛਾਣ ਦਾ ਇੱਕ ਪੱਕਾ ਕਿੱਲਾ ਵੀ ਕੱਢੇਗਾ ਉੱਥੇ ਜਾ ਕੇ ਇੱਥੇ ਪੱਕੇ ਤੌਰ 'ਤੇ ਰਹਿਣ ਆਏ ਅਸੀਂ ਸਟਰੈਂਥ ਬਣ ਗਈ ਇੱਕ ਆਤਮਕ ਬਲ ਮਿਲਣ ਲੱਗ ਗਿਆ ਜਿਹੜੀਆਂ ਬਾਹਰ ਮੁਖੀ ਜਬਰ ਵਾਲੀਆਂ ਸਥਿਤੀਆਂ ਸੀ ਉਹਨਾਂ ਟਾਕਰਾ ਕਰਨ ਚੁਰਤ ਪੈਦਾ ਹੋਣ ਲੱਗ ਗਏ ਉੱਥੋਂ ਦੀਵਾਨ ਲੱਗਣ ਲੱਗ ਗਏ ਉੱਥੇ ਉਹ ਦੀਵਾਨ ਦੀ ਜਿਹੜੀ ਗੱਲ ਹੁਣ ਦੀਵਾਨ ਦਾ ਕਲਚਰ ਕੀ ਹੈ ਦੀਵਾਨ 'ਚ ਉਹੀ ਗੱਲ ਅੱਗੇ ਜਾ ਕੇ ਗੱਲ ਕਰਾਂਗੇ ਸ਼ਹੀਦਾਂ ਦੀ ਗੱਲ ਹੋਣੀ ਬਾਬਾ ਦੀਪ ਸਿੰਘ ਦੀ ਗੱਲ ਹੋਣੀ ਆ ਮਤੀਦਾਸ ਤਾਰੂ ਸਿੰਘ ਦੀ ਗੱਲ ਹੋਣੀ ਆ ਉਹਦੇ ਨਾਲ ਹੋਰ ਜੁਰਤ ਪੈਦਾ ਹੋਣੀ ਸ਼ੁਰੂ ਹੋ ਗਈ ਉਹ ਆਪਣੇ ਸਰੂਪ ਨਾਲ ਚਿਹੜੇ ਤੌਰ 'ਤੇ ਜੁੜ ਕੇ ਬਚਾਓ ਹੋ ਗਿਆ ਉਹਨੂੰ ਇੱਥੋਂ ਜਿਹੜੀ ਹੋਈ ਆ ਸਾਰੇ ਗੁਰਮਤਿ ਚੇਤਨ ਦਾ ਫਲਾਅ ਹੋਇਆ ਜਿਹਦੇ 'ਚ ਪ੍ਰੋਫੈਸਰ ਤੇਜਾ ਸਿੰਘ ਦਾ ਬੜਾ ਵੱਡਾ ਰੋਲ ਆ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਜਿਨ੍ਹਾਂ ਨੂੰ ਬਾਬਾ ਸੋਹਣ ਸਿੰਘ ਪਕਨਾ ਸ਼ਹੀਦਾਂ ਦੇ ਤਾਰਾ ਮੰਡਲਾ ਚੰਦ ਕਹਿੰਦੇ ਨੇ ਜਿਹਨੇ ਗਦਰ ਪਾਰਟ ਦੇ ਵਿੱਚ ਸ਼ਹੀਦੀ ਪਾਈ ਆ ਫਾਂਸੀ ਲੱਗੇ ਨੇ ਉਹਨਾਂ ਨੇ ਅੰਮ੍ਰਿਤ ਪ੍ਰਚਾਰ ਕੀਤਾ ਦੂਰ ਦੁਰਾਡੇ ਜਾ ਕੇ ਫਿਰ ਜਿਹੜੇ ਅਮਰੀਕਾ ਦੇ ਵਿੱਚ ਵੀ ਜਾ ਕੇ ਉਹਨੇ ਅੰਮ੍ਰਿਤ ਪ੍ਰਚਾਰ ਕੀਤਾ ਤੇ ਬਾਬਾ ਸੋਹਣ ਸਿੰਘ ਪਕਨਾ ਹੁਣੀ ਲੈਂਟਨ ਮਿਲ ਦੇ ਵਿੱਚ ਜਦੋਂ ਗੱਲ ਕਰਦੇ ਨੇ ਉੱਥੇ ਜਾ ਕੇ ਇਹਨਾਂ ਨੇ ਵੀ ਅੰਮ੍ਰਿਤ ਛਕਿਆ ਪ੍ਰੋਫੈਸਰ ਤੇਜਾ ਸਿੰਘ ਹੋਰਾਂ ਤੋਂ ਅਮਰੀਕਾ ਕੈਨੇਡਾ ਵਿੱਚ ਲਗਾਤਾਰ ਨੇ ਅੰਮ੍ਰਿਤ ਛਕਾਇਆ ਸਿੱਖਾਂ ਨੇ ਤੇ ਇੱਕ ਗੁਰਮਤਿ ਚੇਤਨਾ ਦਾ ਉੱਥੇ ਵਿਕਾਸ ਪੂਰੀ ਤਰ੍ਹਾਂ ਹੋ ਚੁੱਕਿਆ ਸੀ ਜਿਹੜਾ ਉੱਥੇ ਸਿੱਖ ਭਾਈਚਾਰਾ ਗਿਆ ਸੀ ਉਹਦੇ ਨਾਲ ਇੱਕ ਸਵੈ ਮਾਣ ਤੇ ਸਵੈ ਵਿਸ਼ਵਾਸ ਪੈਦਾ ਹੋ ਗਿਆ ਸੀ ਇਹਨਾਂ ਹਾਲਤ ਨਾਲ ਟਾਕਰਾ ਕੀਤਾ ਜਾ ਸਕਦਾ ਸੀ ਕਿਸੇ ਘੱਟ ਨਹੀਂ ਜਦੋਂ ਅਸੀਂ ਕੈਨੇਡਾ ਦਾ ਸੰਘਰਸ਼ ਦੇਖਦੇ ਹਾਂ ਅਮਰੀਕਾ ਦੇ ਵਿੱਚ ਤਾਂ ਹਾਲਾਂ ਨਹੀਂ ਸੰਘਰਸ਼ ਉਸ ਰੂਪ 'ਚ ਲੜਿਆ ਕਿਤੇ ਕੁਛ ਛੋਟੇ ਮੋਟੇ ਟਾਕਰੇ ਹੋਏ ਨੇ ਪਰ ਹੱਦ ਹੈਰਾਨੀਜਨਕ ਗੱਲ ਆ ਉਹ ਥੋੜੇ ਗਿਣਤੀ ਸਿੱਖ ਆ ਕੋਈ ਉੱਥੇ ਬਾਲੀ ਵਾਰਸ ਨਹੀਂ ਕੋਈ ਕੁਛ ਨਹੀਂ ਐਡੇ ਵੱਡੇ ਸੰਘਰਸ਼ੋਂ ਲੜੀ ਜਾਂਦੇ ਨੇ ਐਡਾ ਚੈਲੰਜ ਖੜਾ ਕਰੀ ਜਾਂਦੇ ਨੇ ਚਾਹੇ ਬੱਚੇ ਮੰਗਵਾਉਣ ਦਾ ਹੋਵੇ ਭਾਈ ਸਾਹਿਬ ਭਾਈ ਭਾਗ ਸਿੰਘ ਭਿੱਖੀ ਪਿੰਡ ਤੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦੋਨੇ ਪੰਜਾਬ ਤੋਂ ਆਪਣੇ ਟੱਬਰ ਲੈ ਕੇ ਗਏ ਨੇ ਉਹ ਕਾਨੂੰਨ ਨੂੰ ਚੈਲੰਜ ਕਰਨ ਦੀ ਖਾਤਰ ਚਾਰ ਵਾਰੀ ਉਹਨਾਂ ਨੇ ਸਮੁੰਦਰ ਪਾਰ ਕੀਤਾ ਕੈਨੇਡਾ ਵਾਲੇ ਲੱਗਣ ਦਿੰਦੇ ਚਲੋ ਅਮਰੀਕਾ ਅਮਰੀਕਾ ਵਾਲੇ ਫਿਰ ਵਾਪਸ ਮੋੜ ਦਿੰਦੇ ਹਾਂਗਕਾਂਗ ਹਾਂਗਕਾਂਗ ਤੋਂ ਫਿਰ ਚੜ੍ਹਦੇ ਨੇ ਚਾਰ ਵਾਰ ਸਮੁੰਦਰ ਪਾਰ ਕੀਤਾ ਚੌਥੀ ਵਾਰ ਉਹਨੇ ਫਿਰ ਉਹ ਬੱਚੇ ਪਰਿਵਾਰ ਉਤਾਰਨ 'ਚ ਸਫਲ ਹੋ ਗਏ ਜਮਾਨਤ ਦੇ ਤੇ ਉਹ ਤੋਂ ਬਾਅਦ ਜਦੋਂ ਜਮਾਨਤ ਖਤਮ ਹੋ ਗਈ ਤੇ ਗੁਰੂ ਨੂੰ ਗ੍ਰਿਫਤਾਰ ਕਰਨ ਆ ਗਏ ਸਾਰੇ ਸਿੱਖ ਗੁਰਦੁਆਰੇ 'ਚ ਇਕੱਠੇ ਹੋ ਗਏ ਵੀ ਅੱਗ ਲਾ ਲਾ ਕੇ ਅਸੀਂ ਬੱਚੇ ਨਹੀਂ ਜਾਣ ਦਿੰਦੇ ਕਿੱਡਾ ਵੱਡਾ ਚੈਲੰਜ ਉੱਥੇ ਖੜਾ ਕੀਤਾ ਗੁਲਾਮ ਲੋਕ ਨੇ ਗਿਣਤੀ 5-7 ਹਜ਼ਾਰ ਦੀ ਮਸਾਂ ਗਿਣਤੀ ਆ ਉਸ ਤੋਂ ਬਾਅਦ ਹਾਂਡੂਰਸ ਜਾਣ ਦਾ ਮਾਮਲਾ ਆਇਆ ਉਹਨਾਂ ਦੇ ਸਾਹਮਣੇ ਮੈਨੂੰ ਕੱਢ ਦਿਓ ਟਾਪੂਆਂ ਤੋਂ ਹੁਣ ਇਹ ਪੱਕੇ ਤੌਰ 'ਤੇ ਰਹਿਣਗੇ ਇੱਥੇ ਗੁਰਦੁਆਰਾ ਇਹਨੇ ਬਣਾ ਲਿਆ ਹਿਲਦੇ ਨਹੀਂ ਵੱਡੀ ਜ਼ੁਰਤ ਆ ਲੜਦੇ ਭੜਦੇ ਨੇ ਸਾਰਾ ਕੁਛ ਕਰੀ ਜਾਂਦੇ ਨੇ ਹਾਂਡੂਰਸ ਦੀ ਜਿਹੜੀ ਸਕੀਮ ਆ ਉਹਨੂੰ ਬੜੀ ਜ਼ੁਰਤ ਨਾਲ ਉਹਨੇ ਫੇਲ ਕੀਤਾ ਜਦੋਂ ਅਸੀਂ ਉਹ ਲਿਖਤਾਂ ਪੜ੍ਹਦਾ ਭਾਈ ਕਰਤਾਰ ਸਿੰਘ ਚੰਦ ਦੀਆਂ ਗੁਰਦੁਆਰੇ ਦੇ ਅੰਦਰ ਜਾ ਕੇ ਉਹ ਜਦੋਂ ਹਾਪਕਨਸ ਜਾਂਦਾ ਮਲਕਮ ਜਾਂਦਾ ਸਾਰਾ ਰੀਡ ਕਿਵੇਂ ਉਹਨੂੰ ਭੱਜ ਭੱਜ ਕੇ ਉਹ ਪੈਂਦੇ ਨੇ ਕਿਵੇਂ ਚੈਲੰਜ ਕਰਦੇ ਲਗਾਤਾਰ ਉਹਨਾਂ ਦਾ ਵਿਸ਼ਵਾਸ ਕਿੱਥੋਂ ਆ ਗਿਆ ਵਿਸ਼ਵਾਸ ਬੋਲਦਾ ਅੰਦਰ ਜਿਹੜਾ ਉਹਨਾਂ ਦੇ ਅੰਦਰ ਗੁਰਮਤਿ ਚੇਤਨ ਅੰਦਰ ਜਿਹੜਾ ਵਿਸ਼ਵਾਸ ਸਿੱਖਾਂ ਵਾਲਾ ਵਿਸ਼ਵਾਸ ਬੋਲਦਾ ਵੀ ਅਸੀਂ ਆਹ ਕੁਛ ਕਰ ਦਾਂਗੇ ਉਹਨਾਂ ਲਗਾਤਾਰ ਤੋਂ ਸੰਘਰਸ਼ ਦੇਖਦੇ ਹਾਂ ਹਰ ਕਾਨੂੰਨ ਜਦੋਂ ਵੀ ਕੋਈ ਪਾਸ ਹੁੰਦਾ ਉਹਨੂੰ ਚੈਲੰਜ ਕਰਦੇ ਨੇ ਵੱਡੇ ਪੱਧਰ ਚੈਲੰਜ ਕਰੀ ਜਾਂਦੇ ਨੇ ਫਿਰ ਸਾਡੇ ਜਾ ਕੇ ਇਹ ਗੁਰੂ ਨਾਨਕ ਜਹਾਜ਼ ਨੂੰ ਕਾਮਾ ਗੱਟਾ ਮਾਰੂ ਕਹਿੰਦੇ ਆ ਉਹ ਚਲਾ ਜਾਂਦਾ ਉਹਨਾਂ ਸਵਾਰੀਆਂ ਨੂੰ ਉਤਾਰਨ ਦੀ ਖਾਤਰ ਜਿਹੜੇ ਉਹਨੇ ਜੱਦੋ ਜਹਿਦ ਕੀਤੀ ਆ ਉਹ ਇਤਿਹਾਸ ਦਾ ਇੱਕ ਬਹੁਤ ਵੱਡਾ ਉਹ 3 ਮਹੀਨੇ ਬੰਦੇ ਪਾਣੀ 'ਚ ਖੜੇ ਰਹੇ ਨੇ 3 ਮਹੀਨਾ ਖਰਚਾ ਦੇਣਾ ਸਾਰਾ ਰੋਜ਼ ਗੁਰਦੁਆਰੇ ਇਕੱਠੇ ਹੋਣਾ ਕਿੱਡੀ ਵੱਡੀ ਮੂਵਮੈਂਟ ਦੁਨੀਆ ਭਰ ਚਲਾਤੀ ਉਹ ਬੰਦਿਆਂ ਨੇ ਹੱਦ ਹੋ ਗਈ ਉਹ ਕਿਰਦਾਰ ਕੀ ਸੀ ਉਹਦੇ ਅੰਦਰ ਕਿਹੋ ਜਿਹਾ ਆਤਮਕ ਬਲ ਪੈਦਾ ਹੋ ਗਿਆ ਇਹ
ਜਿਹੜਾ ਰੋਲ ਹੈ ਇੱਥੇ ਮੁੱਖ ਤੌਰ ਤੇ ਇੱਥੋਂ ਮੈਂ ਗੱਲ ਕਰਨੀ ਚਾਹੁੰਦਾ ਵੀ ਜਿਹੜਾ ਇੱਥੇ ਗੁਰਦੁਆਰੇ ਨੇ ਸਥਾਪਿਤ ਕੀਤੇ ਕੈਨੇਡਾ ਦੇ ਵਿੱਚ ਇਹ ਗੁਰਦੁਆਰਿਆਂ ਦਾ ਵੱਡਾ ਰੋਲ ਹੈ ਇੱਥੇ ਉਹਨੇ ਗੁਰਦੁਆਰਿਆਂ ਨੇ ਇੱਕ ਨਵਾਂ ਮਨੁੱਖ ਪੈਦਾ ਕਰਤਾ ਉੱਥੇ ਉਸ ਧਰਤੀ ਤੇ ਉਹਨੇ ਅੰਦਰ ਜੁੜਤ ਇੰਨੀ ਪੈਦਾ ਕਰਤੀ ਚੇਤਨਾ ਇੰਨੀ ਪੈਦਾ ਕਰਤੀ ਉਹ ਕਿੱਲੇ ਨਾਲ ਜੁੜ ਗਿਆ ਵਿਸ਼ਵਾਸ ਨਾਲ ਜੁੜ ਗਿਆ ਵੀ ਮੈਂ ਲੜਾਈ ਲੜ ਸਕਦਾ ਹੈ ਸਾਰਾ ਕੁਛ ਚੈਲੰਜ ਕਰ ਸਕਦਾ ਐਡੀ ਤਾਕਤ ਨੂੰ ਤੇ ਉਸ ਤੋਂ ਬਾਅਦ ਜਦੋਂ ਅਮਰੀਕਾ ਦੇ ਵਿੱਚ ਦੇਖਦੇ ਹਾਂ ਤਾਂ ਉੱਥੇ ਹੋਲਟ ਫਾਰਮ ਆ ਸਟੋਕਟਨ ਦੇ ਨੇੜੇ ਬਾਬਾ ਵਿਸਾਖਾ ਸਿੰਘ ਹੋਰੀ ਬਾਬਾ ਜਵਾਲਾ ਸਿੰਘ ਹੋਰੀ ਉਹ 500 acres ਜ਼ਮੀਨ ਲੈ ਕੇ ਕਰ ਰਹੇ ਨੇ ਉੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਕੱਚੇ ਛੱਪਰ ਪਾਏ ਹੋਏ ਨੇ ਉੱਥੇ ਦੀਵਾਨ ਲੱਗਦੇ ਨੇ ਲਗਾਤਾਰ ਜਿਹੜੇ ਅਮਰੀਕਾ ਦੇ ਵਿੱਚ ਓਰੀਗਨ ਸਟੇਟ ਦੇ ਹੈਗੇ ਨਾ ਕੈਲੀਫੋਰਨੀਆ ਸਟੇਟ ਦੇ ਆ ਸਾਰੇ ਉੱਥੇ ਸਿੱਖ ਜਾਂਦੇ ਨੇ ਇਕੱਠੇ ਹੁੰਦੇ ਨੇ ਹੋਰ ਵੀ ਜਿਹੜੇ ਗੈਰ ਸਿੱਖ ਵੀ ਜਾਂਦੇ ਨੇ ਉੱਥੇ ਜਿਹੜਾ ਹੈਗਾ ਸਟੋਕਟਨ ਦੇ ਵਿੱਚ ਗੁਰਦੁਆਰਾ ਬਣਨ ਦੀ ਗੱਲ ਪੱਕੀ ਹੁੰਦੀ ਹੈ ਗੁਰਦੁਆਰਾ ਸਥਾਪਿਤ ਕੀਤਾ ਜਾਂਦਾ ਉੱਥੇ ਹੀ ਕਹਾ ਗਦਰ ਪਾਰਟੀ ਜਿਹੜੀ ਹੈਗੀ ਆ ਬਣਾਈ ਜਾਂਦੀ ਆ ਜਿਹੜੀ ਹੈਗੀ ਆ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਬਾਅਦ ਚ ਇਹਨੂੰ ਗਦਰ ਅਖਬਾਰ ਦੇ ਨਾਂ ਤੇ ਪਰਚਾ ਕੱਢਣ ਦੇ ਪਛਾਣ ਗਦਰ ਪਾਰਟੀ ਬਣ ਗਈ ਗਦਰ ਪਾਰਟੀ ਸੌਖਾ ਸਿੱਧਾ ਅਨੁਸਾਰ ਉਹਨੇ ਨਾਂ ਦਿੱਤਾ ਅਸਲ ਕਿ ਐਸੋਸੀਏਸ਼ਨ ਬਣਦੀ ਆ ਇਹ ਜਿਹੜੀ ਹੈਗੀ ਆ ਉੱਥੇ ਵੀ ਅਮਰੀਕਾ ਦੇ ਵਿੱਚ ਵੀ ਜਦੋਂ ਅਸੀਂ ਲਗਾਤਾਰ ਸਮਕਾਲੀ ਲਿਖਤਾਂ ਦੇਖਦੇ ਹਾਂ ਬਾਬਿਆਂ ਦੀਆਂ ਜਦੋਂ ਉਹਨਾਂ ਤੇ ਗੋਰੇ ਹਮਲੇ ਕਰਦੇ ਉਹ ਰੇਲਵੇ ਲੈਣ ਤੇ ਕੰਮ ਕਰਦੇ ਨੇ ਉੱਥੇ ਮੰਦਵਾੜਾ ਆ ਜਾਂਦਾ 1908 ਦਾ ਉਹ ਕਹਿੰਦੇ ਭੱਜ ਜਾਓ ਉੱਥੋਂ ਨਿਕਲ ਜਾਓ ਬਾਰ ਬਾਰ ਉਹ ਬਾਹਰ ਲੰਘਦੇ ਕੋਈ ਨਹੀਂ ਨਿਕਲਦੇ ਆ ਜਾਓ ਹੱਦ ਤਾਂ ਗੱਲ ਵੀ ਉਹ ਇੱਕ ਪਾਸੇ 5,000 ਗੋਰੇ ਇੱਕ ਪਾਸੇ 30-35 ਬੰਦੇ ਜਿਹੜੀ ਅਸੀਂ 125,000 ਨਾਲ ਇੱਕ ਲੜਾਊ ਵਾਲਾ ਜਿਹੜਾ ਗੁਰੂ ਸਾਹਿਬ ਦਾ ਸੰਕਲਪ ਆ ਉੱਥੇ ਦੇਖਦੇ ਹਾਂ ਵੀ ਉਹ ਟਾਕਰਾ ਕਿਵੇਂ ਕੁਰਤ ਹੈਗੇ ਨਹੀਂ ਉਹ ਬਾਹਰ ਲੰਘਦੇ ਰਹੇ ਨੇ ਲਗਾਤਾਰ 5-5 ਗੋਰੇ ਡਾਂਗਾ ਛੋਟੇ ਰਫੜਾ ਲਈ ਖੜੇ ਨੇ ਉਹ ਛੋਟੇ ਦੇ ਖੜੇ ਨੇ ਬੰਦੇ ਕਹਿੰਦੇ ਆ ਜਾਓ ਕੋਈ ਨਹੀਂ ਲੜਾਂਗੇ ਸ਼ਹੀਦੀ ਪਾਵਾਂਗੇ ਐਡੀ ਵੱਡੀ ਜੁਰਤ ਕਿੱਥੋਂ ਪੈਦਾ ਹੁੰਦੀ ਉਹਨਾਂ ਅੰਦਰ ਬੇਗਾਨੇ ਧਰਤੀ ਬੇਗਾਨੇ ਬੋਲੀ ਕੋਈ ਪਿੱਛੇ ਨਹੀਂ ਆ ਕੋਈ ਕਿੱਲਾ ਨਹੀਂ ਪਿੱਛੇ ਉਹਦੇ ਕੋਈ ਪੈਰਵਾਈ ਕਰਨ ਵਾਲਾ ਆਤਮਕ ਬਲ ਤੇ ਸਰਦੇ ਇਹ ਗੱਲ ਆਤਮਕ ਬਲ ਜਿਹੜੀ ਆਪਾਂ ਪਿੱਛੇ ਗੱਲ ਕੀਤੀ ਬਾਬਾ ਸੋਹਣੇ ਸਿੰਘ ਭਗਨਾ ਦੀ ਮੈਂ ਕਿਤਾਬ ਚੋਂ ਗੱਲ ਕਰਾਂਗਾ ਮੇਰੀ ਰਾਮ ਖਾਣੀ ਚ ਉਹ ਹਾਂਗਕਾਂਗ ਤੋਂ ਜਦੋਂ ਅਮਰੀਕਾ ਨੂੰ ਜਾਣ ਲੱਗੇ ਤਾਂ ਇੱਕ ਦੋਸਤ ਸੀ ਇੱਥੇ ਉਹ ਕਹਿੰਦਾ ਵੀ ਸੋਹਣ ਸਿੰਘ ਵੀ ਇਹ ਜਹਾਜ਼ ਤੇ ਤਾਂ ਸਾਰੇ ਯੂਰੋਪੀਅਨ ਜਾ ਰਹੇ ਨੇ ਕੋਈ ਪੰਜਾਬੀ ਹੈ ਨੀ ਤੇਰੇ ਨਾਲ ਦਾ ਕੋਈ ਸਾਥ ਹੈ ਨੀ ਤੂੰ ਨਾ ਜਾਏ ਚ ਜਦੋਂ ਹੁਣ ਦੂਜਾ ਜਹਾਜ਼ ਜਾਊ ਜਾ ਚਲੇ ਜਾਈ ਬਾਬਾ ਸੋਹਣ ਸਿੰਘ ਭਗਨਾ ਕਹਿੰਦਾ ਮੇਰੇ ਨਾਲ ਕਿਉਂ ਨੀ ਮੇਰੇ ਨਾਲ ਤਾਂ ਹੈਗਾ ਉਹ ਕਹਿੰਦਾ ਕੌਣ ਕਹਿੰਦਾ ਮੇਰਾ ਪਰਮਾਤਮਾ ਮੇਰਾ ਵਾਹਿਗੁਰੂ ਆਹ ਸੀ ਗੱਲ ਜਿਹੜੀ ਜਿਹੜੇ ਇੰਨੇ ਸਮੁੰਦਰਾਂ ਭੱਜੇ ਤੁਰੇ ਫਿਰਦੇ ਸੀਗੇ ਉਹ ਸੀ ਆਤਮਕ ਬਲ ਵਾਹਿਗੁਰੂ ਦਾ ਭਰੋਸਾ ਪਰਮਾਤਮਾ ਦਾ ਭਰੋਸਾ ਸਾਡਾ ਪਰਮਾਤਮਾ ਨਾਲ ਆ ਉਹਦੇ ਸਿਰ ਤੇ ਜਾਂਦੇ ਸੀ ਜੇ ਬੰਦੇ ਉੱਥੇ ਗੋਰਾ ਦਾ ਟਾਕਰਾ ਕਰ ਰਹੇ ਤਾਂ ਪਰਮਾਤਮਾ ਦਾ ਭਰੋਸਾ ਸਾਡੇ ਪਿੱਛੇ ਸਿੱਖੀ ਸਪਿਰਟ ਖੜੀ ਉਹਨਾਂ ਦੇ ਅਸੀਂ ਆਹ ਕੁਛ ਕੀਤਾ ਇਹ ਜਦੋਂ ਸਾਰੀਆਂ ਸਿਚੁਏਸ਼ਨ ਪੈਦਾ ਹੋ ਗਈ ਆਜ਼ਾਦੀ ਦੀ ਗੱਲ ਫਿਰ ਉਹਨੂੰ ਇਹ ਹੋ ਗਿਆ ਵੀ ਗੁਰਦੁਆਰੇ ਵੀ ਬਣਾ ਲਏ ਗੁਰਦੁਆਰੇ ਬਣਾਉਣ ਦੇ ਨਾਲ ਪਰ ਜਿਹੜੀ ਹੋਰ ਸਿਚੁਏਸ਼ਨ ਸਾਡੇ ਇੱਥੇ ਪੈਦਾ ਹੋ ਗਈ ਪੰਜਾਬ ਦੀ ਉਹ ਸੀ ਇੱਥੇ ਸਾਡੇ ਕਿਰਪਾਨ ਤੇ ਪਾਬੰਦੀ ਜਿਹੜੇ ਨੂੰ ਬਾਰ ਬਾਰ ਕਚੋੜਦੇ ਸੀ ਗੱਲ ਸਿੱਖੀ ਤੇ ਹਮਲਾ ਤੇ ਗੁਰਦੁਆਰਾ ਰਕਾਬਗੰਜ ਦੀ ਕੰਧ ਢਾ ਦੇਣੀ ਤੇ ਅੰਮ੍ਰਿਤਸਰ ਦਾ ਜਿਹੜਾ ਸਰੋਵਰ ਨੂੰ ਪਾਣੀ ਪਾਸੀ ਨਹਿਰ ਦਾ ਉਹ ਬੰਦ ਕਰਤਾ ਸੀ ਉਹਦਾ ਮਾਲੀਆ ਭਰੋ ਇਹ ਮੁੱਦੇ ਆਏ ਉਹਨੂੰ ਇਹ ਮੁੱਦਿਆਂ ਨੂੰ ਉੱਥੇ ਝੋਟਾ ਬਹੁਤ ਜ਼ਿਆਦਾ ਝੰਝੋੜਤਾ ਯਾਰ ਅੰਗਰੇਜ਼ ਸਾਡਾ ਬੜਾ ਨੁਕਸਾਨ ਕਰ ਰਿਹਾ ਸਾਡੇ ਧਰਮ ਦਾ ਰਕਾਬਗੰਜ ਦੀ ਕੰਧ ਢਾ ਦਿੱਤੀ ਕਿਰਪਾਨ ਤੇ ਪਾਬੰਦੀ ਪਹਿਲਾਂ ਹੀ ਲਾਈ ਹੋਈ ਆ ਅੰਮ੍ਰਿਤਸਰ ਦੇ ਸਰੋਵਰ ਦਾ ਜਲ ਬੰਦ ਕਰਤਾ ਇੱਧਰੋਂ ਕਾਨਪੁਰ ਦੀ ਇੱਕ ਮਸੀਤ ਢਾ ਦਿੱਤੀ ਉਹਨੂੰ ਇੱਕ ਮੁੱਦਾ ਮਿਲ ਗਿਆ ਮੁਸਲਮਾਨ ਨੂੰ ਉਕਸਾਉਣ ਲਈ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੇ ਉਹਨੂੰ ਰਾਜਸੀ ਚੇਤਨਾ ਦੇ ਰਾਹ ਪਾਇਆ ਰਾਜਸੀ ਚੇਤਨਾ ਹਾਸਲ ਕਰਨ ਦੇ ਇਹ ਮਸਲੇ ਤੇ ਮੁੱਦੇ ਸੀਗੇ ਜਿਹੜੇ ਕਿ ਨਾ ਜਿਹੜੇ ਉੱਥੋਂ ਦੇ ਸੀਗੇ ਮੁੱਦੇ ਸੋਸ਼ਲ ਡਿਸਕ੍ਰਿਮੀਨੇਸ਼ਨ ਵਾਲੇ ਉਹਦੇ ਵਿੱਚੋਂ ਕੁਰਬਾਨੀ ਨਹੀਂ ਸੀ ਨਿਕਲਦੀ ਉਹਦੇ ਵਿੱਚੋਂ ਆਹ ਨਹੀਂ ਸੀ ਨਿਕਲਦਾ ਵੀ ਜਹਾਜ਼ ਭਰ ਕੇ ਚਲੋ ਦੇਸ਼ ਆਜ਼ਾਦ ਕਰਾਈਏ ਉਹਨਾਂ ਦਾ ਜਿਹੜੀ ਹੈਗੀ ਸੀ ਟ੍ਰੇਡ ਯੂਨੀਅਨ ਪੋਲੀਟਿਕਸ ਨਿਕਲਦੇ ਸੀ ਯੂਨੀਅਨ ਨਾ ਬਣਾਓ ਬਾਅਦ ਖੱਬੇ ਪੱਖੀ ਲੜੇ ਨੇ ਯੂਨੀਅਨ ਨਾ ਬਣਾਈਆਂ ਇਹਨਾਂ ਨੇ ਜਾ ਕੇ ਉੱਥੇ ਸਾਰਾ ਆਪਦਾ ਕਾਮਯਾਬ ਹੋਏ ਨੇ ਯੂਨੀਅਨ ਨਾ ਬਣਾ ਕੇ ਵੀ ਉਹਦਾ ਹੱਲ ਹੋ ਸਕਦਾ ਜਿਹੜੀ ਉੱਥੋਂ ਹੀ ਸੋਸ਼ਲ ਡਿਸਕ੍ਰਿਮੀਨੇਸ਼ਨ ਸੀ ਉਹ ਨਹੀਂ ਸੀ ਅਹਿਮ ਸਵਾਲ ਸੀ ਜੋ ਪੰਜਾਬ ਨਾਲ ਉਹਦਾ ਜੜਾ ਦਾ ਜੁੜੇ ਹੋਏ ਆ ਇੱਥੇ ਗੁਰਦੁਆਰਾ ਕਾਬਗੰਜ ਦੀ ਕੰਧ ਢਾ ਦੇਣੀ ਕਿਰਪਾਨ ਤੇ ਪਾਬੰਦੀ ਲਾ ਦੇਣੀ ਸ੍ਰੀ ਅੰਮ੍ਰਿਤਸਰ ਦੇ ਸਰੋਵਰ ਦਾ ਜਲ ਬੰਦ ਕਰ ਦੇਣਾ ਅੰਗਰੇਜ਼ਾਂ ਵੱਲੋਂ ਇਹ ਮੁੱਦਾ ਉਹਨਾਂ ਨੂੰ ਇਸਰਾਰ ਪਾਇਆ ਰਾਤ ਕਰੋ ਜਾਂ ਮਰੋ ਤੇ ਜਦੋਂ ਉਹਨਾਂ ਕੋਲ ਇੱਕ ਰਾਜਸੀ ਮੁੱਦਾ ਆ ਗਿਆ ਰਾਜਸੀ ਚੇਤਨਾ ਆ ਗਈ ਗੁਰਮੁਖ ਚੇਤਨਾ ਤੋਂ ਅਗਲੀ ਵੀ ਯਾਰ ਇਹਦਾ ਹੱਲ ਤਾਂ ਫਿਰ ਇਹੀ ਆ ਵੀ ਦੇਸ਼ ਨੂੰ ਜਾ ਕੇ ਫਰੰਗੀ ਨੂੰ ਕੱਢਿਆ ਜਾਵੇ ਦੇਸ਼ ਨੂੰ ਆਜ਼ਾਦ ਕਰਾਇਆ ਜਾਵੇ ਇੰਨੀ ਗੱਲ ਆਉਣ ਦੀ ਦੇਰ ਸੀ
ਜਿਵੇਂ ਸਰਦਾਰ ਜਗਜੀਤ ਸਿੰਘ ਲਿਖਦੇ ਨੇ ਜੋ ਸੁੱਕਾ ਬਾਲਣ ਸੀ ਬਸ ਉਹ ਪਲੀਤਾਂ ਲੱਗਣ ਦੀ ਲੋੜ ਸੀ ਬਾਲਣ ਪਹਿਲਾਂ ਬਣ ਚੁੱਕੇ ਸੀ ਪ੍ਰਪੇਅਰ ਹੋ ਚੁੱਕੇ ਸਾਰੇ ਗੱਲ ਉਚੇਤਨ ਹੋ ਚੁੱਕੇ ਸੀ ਫਿਰ ਇੱਕ ਸਿੱਖ ਨੂੰ ਅਹਿਸਾਸ ਹੋਣ ਦੀ ਲੋੜ ਸੀ ਵੀ ਆਹ ਗੱਲ ਆ ਦੇਸ਼ ਨੂੰ ਯਾਦ ਕਰਾਏ ਤੋਂ ਬਿਨਾਂ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਗਾ ਚਲੋ ਦੇਸ਼ ਨੂੰ ਯਾਦ ਕਰਾਈਏ ਉਹਨਾਂ ਦੀ ਇੰਨੀ ਕਹਾਣ ਸੀ ਉਹ ਕੋਈ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ ਜਦੋਂ ਹਰਦਾਲ ਨੇ ਇੱਕ ਮੀਟਿੰਗ 'ਚ ਕਿਹਾ ਪੇਪਰ ਕੱਢ ਕੇ ਉਹ ਕਰ ਲਈ ਪੇਪਰ ਗੱਲ ਸਮਝ ਲਈ ਪੇਪਰ ਕੀ ਕਰੂੰ ਇੱਕ ਸਿੱਖ ਕਹਿੰਦਾ ਉੱਠ ਕੇ ਕਹਿੰਦਾ ਗੱਲ ਤਾਂ ਇਹਨੂੰ ਹੋਈ ਨਾ ਅੰਗਰੇਜ਼ ਕੱਢਣੇ ਆ ਚਲੋ ਚੱਲ ਗਏ ਪੇਪਰ ਕੱਢਣ 'ਚ ਵਕਤ ਨੇ ਹੁਣ ਕਮਾਉਣਾ ਚਾਹੀਦਾ ਉੱਠੋ ਪੇਪਰ ਨਿਕਲਿਆ ਗਦਰ ਪਾਰਟੀ ਬਣੀ ਉਹਦੇ ਵਿੱਚੋਂ ਕਿਹਾ ਵੀ ਜਿੱਥੇ ਵੀ ਅਸੀਂ ਦੇਖਦੇ ਹਾਂ ਪੇਪਰ ਕਿਹਦੇ ਕੋਲ ਗਿਆ ਪੇਪਰ 'ਚ ਕੀ ਛਪਿਆ ਪੇਪਰ ਦੇ ਵਿੱਚ ਜੋ ਕਵਿਤਾਵਾਂ ਛਪੀਆਂ ਉਹ ਰਸ ਕਿਉਂ ਹੁੰਦੀਆਂ ਨੇ ਸੰਬੋਧਿਤ ਕੀ ਉਹਨੂੰ ਮੁੱਦੇ ਦੇ ਮੁਸਲੇ ਕਿਤੇ ਆ ਰਹੀਆਂ ਨੇ ਉਹ ਸਾਰੇ ਜਿਹੜੇ ਉਹਦੇ ਟੋਟਲ ਟੋਨ ਆ ਭਾਵੇਂ ਉਹ ਹਿੰਦੂ ਤੇ ਮੁਸਲਮਾਨ ਨੂੰ ਵੀ ਸੰਬੋਧਨ ਹੁੰਦੇ ਨੇ ਹਿੰਦੂ ਮੁਸਲਮਾਨ ਨੂੰ ਵੀਰੋ ਫਰਾਣੇ ਕਰਦੇ ਨੇ ਪਰ ਉਹਦੇ ਜਿਹੜੀ ਟੋਟਲ ਟੋਨ ਉਹ ਸਿੱਖਾਂ ਨਾਲ ਹੈ ਸਿੱਖੀ ਨੂੰ ਸੰਬੋਧਨ ਹੋ ਰਿਹਾ ਬਾਹਰੋਂ ਖਾਲਸਾ ਜੀ ਕਹਿ ਰਹੇ ਨੇ ਖਾਲਸਾ ਜੀ ਨੂੰ ਸੰਬੋਧਨ ਹੋ ਰਹੇ ਨੇ ਉਹਨੂੰ ਮਿਹਣੇ ਮਾਰ ਰਹੇ ਨੇ ਤੂੰ ਅਣਖ ਛੱਡ ਗਿਆ ਤੂੰ ਮੰਦਾ ਸਿੰਘ ਬਹਾਦਰ ਦਾ ਰਾਹ ਛੱਡ ਗਿਆ ਤੂੰ ਦੀਪ ਸਿੰਘ ਦਾ ਰਾਹ ਛੱਡ ਗਿਆ ਤੂੰ ਸਿੰਘ ਕੌਣ ਦਾ ਹੱਕਦਾਰ ਨਹੀਂ ਤੂੰ ਦਾੜੀ ਰੱਖਣ ਦਾ ਹੱਕਦਾਰ ਨਹੀਂ ਬਾਰ ਬਾਰ ਉਸ ਦਾੜੀ ਨੂੰ ਨੇਣਾ ਜਾ ਰਿਹਾ ਹੈਗਾ ਸਬੂਤ ਇੱਕ ਵਰਗ ਨੂੰ ਹੋ ਰਿਹਾ ਹੈਗਾ ਸਾਰੀ ਗੱਲ ਉਹਦੀ ਜਿਹੜੀ ਤੇ ਜਾ ਪੇਪਰ ਕਿੱਥੇ ਰਿਹਾ ਕਿੱਥੇ ਗੁਰਦੁਆਰੇ ਦੇ ਜਿੰਨੇ ਵੀ ਗੁਰਦੁਆਰੇ ਬਣਨੇ ਹਾਂਗਕਾਂਗ ਚ ਮਨੀਲਾ ਚ ਸਿੰਘਾਈ ਚ ਉਹ ਗੁਰਦੁਆਰੇ ਸੈਂਟਰ ਬਣ ਗਏ ਨਾਲ ਦੇ ਨਾਲ ਹੀ ਜਿਹੜੇ ਉੱਥੋਂ ਦੇ ਗ੍ਰੰਥੀ ਆ ਗ੍ਰੰਥੀ ਦੇ ਪ੍ਰਚਾਰਕ ਨੇ ਦੀਵਾਨ ਲੱਗਦਾ ਤੇ ਗ੍ਰੰਥੀ ਗਦਰ ਅਖਬਾਰ ਪੜ੍ਹ ਕੇ ਸੁਣਾ ਰਹੇ ਨੇ ਇਹਦੇ ਵਿੱਚ ਜਿਹੜੂ ਗਦਰ ਦੇ ਵਿੱਚ ਅਸੀਂ ਦੇਖਦੇ ਹਾਂ ਸਾਰੀ ਸ਼ਮੂਲੀਅਤ ਦੋ ਦਰਜਨ ਗ੍ਰੰਥੀ ਆ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਨੇ ਕੇਸ ਪਏ ਨੇ ਤੇ 10-12 ਗ੍ਰੰਥੀ ਮੈਂ ਉਹ ਟਰੇਸ ਕੀਤੇ ਨੇ ਵੀ ਜਿਹੜੇ ਲਹਿਰ ਦੇ ਪੂਰੇ ਹਮਦਰਦ ਸੀ ਪਰ ਕਈ ਲਹਿਰਾਂ ਦੇ ਵਿੱਚ ਜਿਵੇਂ ਆਪਾਂ ਅਕਸਰ ਹੁੰਦਾ ਵੀ ਬੰਦੇ ਕੇਸ ਪੈਣ ਤੋਂ ਬਚਾਅ ਹੋ ਜਾਂਦਾ ਤੇ 2 ਦਰਜਨ ਦੇ ਕਰੀਬ ਹੀ ਗੁਰਦੁਆਰਾ ਦੇਸ਼ ਵਿਦੇਸ਼ ਚ ਫੈਲੇ ਅਫਗਾਨਿਸਤਾਨ ਤੱਕ ਤੇ ਜਿਹੜੇ ਸਾਰੇ ਸੈਂਟਰ ਨੇ ਇੱਥੋਂ ਦੇ ਹੁਣ ਜਦੋਂ ਇੱਥੇ ਆਏ ਗਦਰੀ ਸੰਖੇਪ ਕਰਨਾ ਹੋਰ ਬੁਲਾਰੇ ਨੇ ਬੋਲਣਾ ਇੱਥੇ ਆ ਕੇ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਵੀ ਕੋਈ ਆਰਗਨਾਈਜੇਸ਼ਨ ਬਣਦੀ ਆ ਉਹਨੇ ਇੱਕ ਰਾਸ਼ਟਰੀ ਝੰਡਾ ਤੈਅ ਕਰ ਲਿਆ ਰਾਸ਼ਟਰੀ ਝੰਡਾ ਤੈਅ ਉਹਨੇ ਕਰ ਲਿਆ ਆਜ਼ਾਦੀ ਦੇਸ਼ ਆਜ਼ਾਦ ਕਰਾਉਣਾ ਇੱਕ ਰਾਸ਼ਟਰੀ ਝੰਡਾ ਤੈਅ ਕਰ ਲਿਆ ਉਹ ਤੋਂ ਬਾਅਦ ਇੱਕ ਪ੍ਰੋਗਰਾਮ ਆ ਪ੍ਰੋਗਰਾਮ ਲੈਣ ਦਾ ਹਥਿਆਰਬੰਦ ਇਨਕਲਾਬ ਰਾਹੀਂ ਹੋਊਗਾ ਮੁੱਦੇ ਤੇ ਮਸਲੇ ਨਿਤਾਰ ਲਏ ਵੀ 4 ਮੁੱਦੇ ਮੁੱਖ ਨੇ ਜਿਨ੍ਹਾਂ ਤੇ ਲੋਕ ਅਵਾਰ ਮਾਸ ਮੂਵਮੈਂਟ ਪੈਦਾ ਹੋ ਸਕਦੀ ਹੈ ਉਹ ਮਸਲੇ ਉਭਾਰ ਲਏ ਇੱਥੇ ਆ ਗਏ ਹੁਣ ਇੱਥੇ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਪੰਜਾਬ 'ਚੋਂ ਬਾਰ ਬਾਰ ਅਪੀਲਾਂ ਕਰ ਰਹੇ ਨੇ ਲੋਕਾਂ ਨੂੰ ਇੱਥੇ ਆ ਕੇ ਹੰਗਾਰਾ ਕਿਹੜਾ ਵਰਗ ਦਿੰਦਾ ਇੱਥੇ ਇੱਥੇ ਆ ਕੇ ਜਿਹੜੇ ਗੁਰਦੁਆਰਾ ਕਾਬਗੰਜ ਦੀ ਕੰਧ ਦੇ ਮੁੱਦੇ ਨਾਲ ਜੁੜੇ ਹੋਏ ਸੀ ਮਾਮਲੇ ਨਾਲ ਉਹ ਸਿੱਖ ਨੂੰ ਹੰਗਾਰਾ ਭਰਦੇ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਥਾ ਸਾਰਾ ਹੈਗਾ ਹਰਚੰਦ ਸਿੰਘ ਰਾਏ ਸਲੈਲਪੁਰੀ ਹੁਣੀ ਹੰਗਾਰਾ ਭਰਦੇ ਨੇ ਇੱਥੋਂ ਵੀ ਜੇ ਕੋਈ ਉਹਨੂੰ ਹੰਗਾਰਾ ਮਿਲਦਾ ਤਾਂ ਸਿਰਫ ਤਾਂ ਸਿਰਫ ਸਿੱਖਾਂ ਵੱਲੋਂ ਕਬੂਲਵਾ ਵੱਡਾ ਹੰਗਾਰਾ ਮਿਲਦਾ ਜਦੋਂ ਵੀ ਉਹ ਇੱਥੋਂ ਇਨਕਲਾਬ ਕਰਨ ਦੀ ਗੱਲ ਕਰਦੇ ਇਹਨੂੰ ਬਗਾਵਤ ਕਰਨੀ ਆ ਤਾਂ ਬਗਾਵਤ ਕਿਹਨੇ ਕਰਨੀ ਉਹ ਸਿੱਖ ਰਜਮੈਂਟਾਂ ਨੇ ਕਰਨੀ ਆ ਇਹਦੀ ਰੀੜ ਦੀ ਹੱਡੀ ਕੌਣ ਆ ਉਹ ਸਿੱਖ 26ਵੇਂ ਪੰਜਾਬੀ ਪਲਟਣ ਦੀ ਬਗਾਵਤ ਕਰਨੀ ਆ ਫਿਰੋਜ਼ਪੁਰ ਦੇ ਵਿੱਚ ਮੀਆਂ ਮੀਰ ਸਾਹਿਬ 23ਵੇਂ ਪਲਟਣ ਨੇ ਬਗਾਵਤ ਕਰਨੀ ਆ ਉਹ ਕੌਣ ਨੇ ਸਿੱਖ ਨੂੰ ਗੱਲਾਂ ਹੁੰਦੀਆਂ ਨੇ ਉਹ ਭਾਈ ਲਸਮਣ ਸਿੰਘ ਦਫੇਦਾਰ ਹੋ ਰਹੀ ਆ ਉਹ ਕਰਨਗੇ ਬਗਾਵਤ ਬਗਾਵਤ ਨੂੰ ਕੌਣ ਜਾ ਰਹੇ ਨੇ ਉਹ ਸਾਰਾ ਧਾਰਮਿਕ ਬੰਦੇ ਉਹੀ ਅਖੰਡ ਪਾਠ ਕਰਕੇ ਬਾਕ ਲੈ ਕੇ ਸਾਰਾ ਕੁਝ ਕਰਕੇ ਸੋ ਇਸ ਕਰਕੇ ਜਿਹੜੀ ਕੁੱਲ ਮਿਲਾ ਕੇ ਹੁਣ ਇਹ ਗੱਲ ਹੈਗੀ ਆ ਵੀ ਇੱਥੋਂ ਵੀ ਉਹਨੂੰ ਕੋਈ ਹੰਕਾਰਾ ਮਿਲਿਆ ਤਾਂ ਉਹ ਸਿੱਖਾਂ ਵੱਲੋਂ ਮਿਲਿਆ ਤੇ ਉੱਥੋਂ ਵੀ ਉਹ 90% ਸਿੱਖ ਆਏ ਨੇ ਜਿਹੜੇ ਉਹਦੇ ਨਾਲ ਸ਼ਹੀਦ ਕਾਂਸੀ ਰਾਮ ਆ ਜਗਤ ਰਾਮ ਆ ਹਾਫਿਜ਼ ਅਬਦੁੱਲਾ ਜਾਂ ਹੋਰ ਨੇ ਇਹ ਨਹੀਂ ਗੱਲ ਕਿ ਅਸੀਂ ਉਹਨਾਂ ਦਾ ਸਤਿਕਾਰ ਘੱਟ ਕਰਦੇ ਵੀ ਤੁਸੀਂ ਰੱਬ ਦੇ ਗੱਲ 'ਚ ਹਾਰ ਪਾਓ ਤਾਂ ਉਹਨੂੰ ਸਟਾ ਦਿਓ ਤੱਥ ਇਹ ਕਹਿੰਦੇ ਨੇ ਖੋਜ ਇਸ ਗੱਲ ਦੀ ਆ ਵੀ ਦੂਜੇ ਵਰਗ ਨੇ ਹੰਗਾਰਾ ਕਿਉਂ ਨਹੀਂ ਭਰਿਆ 88% ਵਰਗ ਵੱਲੋਂ 5% ਹੰਗਾਰਾ ਕਿਉਂ ਭਰਿਆ 12% ਵਿੱਚੋਂ 90% 95% ਕਿਉਂ ਆਏ ਆ ਕੁਰਬਾਨੀਆਂ ਇਹਦੇ ਪਿੱਛੇ ਮੈਂ ਇਹੀ ਗੱਲ ਕਹੀ ਆ ਵੀ ਜਿਹੜੀ ਮਨੁੱਖ ਦੀ ਮਾਨਸਿਕ ਬਣਤਰ ਆ ਇੱਕ ਸਿੱਖ ਦੀ ਜਿਹੜੀ ਬਣਤਰ ਆ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਵੀ ਗੁਰੂ ਜੀ ਨੇ ਸੁਤੰਤਰਤਾ ਦੀ ਜਿਹੜੀ ਚਿਣਗ ਨਾ ਸਿੱਖ ਦੇ ਮਨ 'ਚ ਇੰਨੀ ਡੂੰਘੀ ਪਾਤੀ ਵੀ ਗੁਲਾਮੀ ਬਰਦਾਸ਼ਤ ਨਹੀਂ ਕਰ ਸਕਦਾ ਕਿਸੇ ਤਰ੍ਹਾਂ ਦੀ ਵੀ ਗੁਲਾਮੀ ਆ ਉੱਥੇ ਸਿੱਖ ਨੇ ਉੱਠਣਾ ਹੀ ਉੱਠਣਾ ਸੋ ਇਹ ਜਿਹੜਾ ਕਰੈਕਟਰ ਸੀ ਇਹ ਸਿੱਖੀ ਨਾਲ ਪੂਰੀ ਤਰ੍ਹਾਂ ਰੰਗੇ ਹੋਏ ਸੀ ਜਿਹੜੀ ਗੱਲ ਉਹਨਾਂ ਬਾਰੇ ਇਹ ਗੱਲ ਕਹੀ ਜਾ ਰਹੀ ਧਰਮ ਨਿਰਪੱਖ ਸੀ
ਧਰਮ ਨਿਰਪੱਖ ਦਾ ਪਹਿਲੀ ਗੱਲ ਤਾਂ ਜਿਹੜਾ ਹੈਗਾ ਵੈਸਟਰਨ ਕਨਸੈਪਟ ਆ ਹੁਣ ਆਇਆ ਇਹ ਸੈਕੂਲਰਿਜ਼ਮ ਦਾ ਇਹਦੀ ਵੱਖੋ ਵੱਖਰੇ ਢੰਗ ਨਾਲ ਖੱਬੇ ਪੱਖੀ ਵਿਆਖਿਆ ਕਰੀ ਜਾਂਦੇ ਆ ਉਹੀ ਸਟੇਟ ਕਰੀ ਜਾਂਦੀ ਹੈ ਉਹੀ ਖੱਬੇ ਪੱਖੀ ਕਰੀ ਦੋਨੋਂ 'ਚ ਕੋਈ ਅੰਤਰ ਨਹੀਂ ਗਾ ਧਰਮ ਨਿਰਪੱਖ ਦਾ ਜਿਹੜਾ ਦੂਜਾ ਕੀ ਆ ਅਜਮੇਰ ਸਿੰਘ ਦੱਸਣਗੇ ਇਹਦਾ ਮਤਲਬ ਆ ਨਾਸਤਕ ਟੈਪ ਹੈ ਵੀ ਨਾਸਤਕ ਕਿਸੇ ਧਰਮ ਨੂੰ ਮੰਨਦਾ ਨਹੀਂ ਜੇ ਇੱਕ ਧਰਮ ਵਾਲਾ ਦੂਜੇ ਨੂੰ ਮਾਰੀ ਜਾਂਦਾ ਉਹ ਕੋਈ ਨਹੀਂ ਮਾਰੀ ਜਾਣ ਦੇ ਯਾਰ ਇੱਥੇ ਜਿਵੇਂ ਕਿ ਵੀ 84 ਦੇ ਵਿੱਚ ਨਵੰਬਰ 84 'ਚ ਉੱਥੇ ਸਿੱਖਾਂ ਦੇ ਗਲਾਂ 'ਚ ਟੈਰ ਪਾ ਪਾ ਕੇ ਸਾੜੇ ਜਾ ਰਹੇ ਨੇ ਅਤੇ ਅੰਦਰ ਅਸੀਂ ਗਦਰੀ ਬਾਬੇ ਨੇ ਮੇਲੇ 'ਤੇ ਧੂਮ ਤੇ ਰੱਖਾਂ ਕੋਈ ਨਹੀਂ ਉਹਦਾ ਧਰਮ ਦਾ ਮਾਮਲਾ ਇਹ ਕਹਿ ਕੇ ਅਸੀਂ ਇਗਨੋਰ ਕਰਦੇ ਹਾਂ ਹਰ ਵਾਰੀ ਜੇ ਇੱਕ ਮਤਾ ਵੀ ਨਹੀਂ ਪਾਉਂਦੇ ਉੱਥੇ ਉਸੇ ਦਿਨ ਹੀ ਗਦਰੀ ਬਾਬੇ ਨਾਲ ਮੇਲਾ ਹੁੰਦਾ 31 ਅਕਤੂਬਰ ਨੂੰ ਨਵੰਬਰ ਨੂੰ ਅਤੇ ਉਸੇ ਦਿਨ ਹੀ ਅਸੀਂ ਉਹ ਯਾਦ ਮਨਾਈ ਜਾਂਦੀ ਹੁੰਦੀ ਹੈ ਉਹ ਧਰਮ ਨਿਰਪੱਖ ਦਾ ਮਾਮਲਾ ਉਹ ਧਰਮ ਦਾ ਮਾਮਲਾ ਜੇ ਉੱਥੇ ਕੋਈ ਨਹੀਂ ਮਾਰੀ ਜਾਂਦੇ ਸਿੱਖਾਂ ਨੂੰ ਧਰਮ ਨਿਰਪੱਖ ਤਾਂ ਇਹੀ ਹੁੰਦੇ ਵੀ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਇਹਦਾ ਮਤਲਬ ਇਹ ਬਣਦਾ ਵੀ ਬਾਬੇ ਨਾਲ ਕਿਸੇ ਧਰਮ ਨਾਲ ਸੰਬੰਧ ਨਹੀਂ ਤਾਂ ਅਸੀਂ 1936 ਦੀ ਫੋਟੋ ਦੇਖ ਰਹੇ ਹਾਂ ਬਾਬੇ ਸਾਰੇ ਬਾਬੇ ਅਮਰਧਾਰੀ ਸਿੰਘ ਨੇ ਆਪਣੇ ਧਰਮ ਨੇ ਆਪਣੇ ਜੇਲ੍ਹਾਂ ਵਿੱਚ ਜਾ ਕੇ ਉਹਨੇ ਪੂਰੀ ਤਰ੍ਹਾਂ ਆਪਣੇ ਕਕਾਰਾਂ ਦਾ ਸੰਘਰਸ਼ ਲੜਿਆ ਜੇ ਬਾਬੇ ਧਰਮ ਨਿਰਪੱਖ ਹੁੰਦੇ ਜਿਹੜੀ ਜੇਲ੍ਹ ਦੀ ਵਰਦੀ ਸੀ ਉਦੋਂ ਜਾਂ ਤਾਂ ਫੂਸ ਦੀ ਟੋਪੀ ਪਾਉਣੀ ਪੈਂਦੀ ਸਿਰ 'ਤੇ ਜਾਂ ਲੰਗੋਟੀ 'ਤੇ ਲੰਬਾ ਜੱਗਾ ਫਿਰ ਬਾਬਾ ਨੂੰ ਟੋਪੀ ਅਤੇ ਪੱਗ 'ਚ ਕੋਈ ਫਰਕ ਨਹੀਂ ਸੀ ਪਤਾ ਹੁੰਦਾ ਲਿਆ ਜਾ ਸਕਦਾ ਧਰਮ ਨਿਰਪੱਖ ਆ ਫੜਾ ਲਾ ਉਹ ਇੰਨੀ ਨੇ ਕੁੱਟਾਂ ਚੱਲੀ ਗਏ ਇੰਨਾ ਜਬਰ ਚੱਲੀ ਗਏ ਉਹ ਕਾਹਦੀ ਖਤਰ ਚੱਲੀ ਗਈ ਉਹ ਧਰਮ ਨਾਲ ਪੂਰੀ ਤਰ੍ਹਾਂ ਚਿੜੇ ਰੂਪ ਜੁੜੇ ਹੋਏ ਸੀ ਧਰਮ ਉਹਨਾਂ ਦਾ ਜੀਵਨ ਜਾਤ ਸੀ ਧਰਮ ਦੀ ਜਾਨ ਸੀ ਜਿੰਦ ਸੀ ਉਹ ਸੋਚ ਵੀ ਨਹੀਂ ਸਕਦੇ ਵੀ ਅਸੀਂ ਧਰਮ ਛੱਡ ਦਾਂਗੇ ਜਿਹੜਾ ਉਹਦਾ ਸੋਰਸ ਆਫ ਇੰਸਪੀਰੇਸ਼ਨ ਆ ਲੜਨ ਦਾ ਜਿਹੜੀ ਮੈਂ ਆਤਮਕ ਬਲ ਦੀ ਹੈ ਉਹ ਧਰਮ ਆ ਉਹਨਾਂ ਦਾ ਧਰਮ ਤੋਂ ਸਾਰੀ ਗੱਲ ਦੀ ਫਲੋ ਹੁੰਦੀ ਆ ਜਿਹੜੀ ਉਹਨੇ ਧਰਮ ਨਿਰਪੱਖਤਾ ਦੂਜੇ ਦੀ ਹੋਂਦ ਨੂੰ ਪ੍ਰਵਾਨ ਕਰਕੇ ਚੱਲਣਾ ਉਹ ਵੀ ਸਿੱਖ ਧਰਮ 'ਚੋਂ ਸਿੱਖੀ 'ਚੋਂ ਫਲੋ ਹੁੰਦੀ ਹੈ ਸਾਰੀ ਹੁੰਦੀ ਸਿੱਖੀ ਤੋਂ ਬਾਹਰ ਉਹਦਾ ਕੁਛ ਨਹੀਂ ਹੈਗਾ ਸੋ ਇਸ ਕਰਕੇ ਜਿਹੜੇ ਬਾਬੇ ਆ ਇਹਨਾਂ ਦਾ ਜਿਹੜਾ ਸੋਰਸ ਆਫ ਇੰਸਪੀਰੇਸ਼ਨ ਸਿੱਖੀ ਆ ਅਤੇ ਇਹ ਜਿਹੜੀ ਗਦਰ ਲਹਿਰ ਬਣਦੀ ਆ ਕੁੱਲ ਮਿਲਾ ਕੇ ਸਿੱਖਾਂ ਦੀ ਲਹਿਰ ਬਣਦਾ ਉਹ ਸਿੱਖਾਂ ਟ੍ਰੈਡੀਸ਼ਨ ਆ ਜਬਰ ਜਬਰ ਵਿਰੁੱਧ ਲੜਨ ਦੀ ਹੁਣ ਗਦਰ ਲਹਿਰ ਵਾਲੇ ਜਿਹੜੇ ਦੋ ਭੁਲੇਖੇ ਪਾਏ ਗਏ ਨੇ ਹੁਣ ਤੱਕ ਉਹ ਇਹ ਕਿਹਾ ਗਿਆ ਵੀ ਗਦਰੀ ਮਨੋਵੇਗੀ ਸੀ ਉਹਨੇ ਜੋ ਚਾਹੇ ਸ਼ਹੀਦੀਆਂ ਤਾਂ ਬਹੁਤ ਵੱਡੀਆਂ ਪਾਈਆਂ ਕੁਰਬਾਨੀਆਂ ਬਹੁਤ ਵੱਡੀਆਂ ਕੀਤੀਆਂ ਪਰ ਉਹਨਾਂ ਕੋਲ ਪਾਰਟੀ ਪ੍ਰੋਗਰਾਮ ਕੋਈ ਨਹੀਂ ਸੀ ਇਹ ਬਹੁਤ ਵੱਡਾ ਭੁਲੇਖਾ ਜਿਹੜਾ ਗਦਰਿਆਂ ਕੋਲ ਪਾਰਟੀ ਪ੍ਰੋਗਰਾਮ ਸੀ ਉਹ ਕਿਸੇ ਕੋਲ ਵੀ ਹੈ ਨਹੀਂ ਹੁਣ ਤੱਕ ਗਦਰਿਆਂ ਕੋਲ ਮਾਡਲ ਕੀ ਲੈ ਕੇ ਆਏ ਨੇ ਗਦਰੀ ਲੈ ਕੇ ਆਏ ਨੇ ਮਾਡਲ ਅਮਰੀਕਨ ਰਿਪਬਲਿਕ ਦਾ ਮਾਡਲ ਵੱਖੋ ਵੱਖਰੇ ਸਟੇਟਾਂ ਨੂੰ ਵੱਧ ਅਧਿਕਾਰ ਵੱਖੋ ਵੱਖਰੇ ਸਟੇਟਾਂ ਦੀ ਹੋਂਦ ਅਮਰੀਕਨ ਰਿਪਬਲਿਕ ਦਾ ਮਾਡਲ ਜਿਹੜਾ ਮਲਟੀਕਲ ਸੋਸਾਇਟੀ ਆ ਭਾਰਤ ਦੀ ਉਹਦੇ ਮੁਤਾਬਕ ਮਾਡਲ ਹੀ ਉਹ ਚੱਲਣਾ ਸੀਗਾ ਸੋ ਇਸ ਕਰਕੇ ਜਿਹੜਾ ਜਿੱਥੇ ਵੀ ਅਸੀਂ ਬਾਅਦ ਦੇਖਦੇ ਹਾਂ ਕੁੱਲ ਮਿਲਾ ਕੇ ਨਜ਼ਰ ਮਾਰਦੇ ਹਾਂ ਜਿੱਥੇ ਵੀ ਕਿਤੇ ਸਿੱਖ ਫੜ ਚਾਹੇ ਉਹ ਫੌਜਾਂ 'ਚ ਨੇ ਚਾਹੇ ਉਹ ਕੱਪੜੇ ਦਾ ਵਪਾਰ ਕਰੀ ਜਾਂਦੇ ਬੰਕਾਕ ਦੇ ਵਿੱਚ ਜਦੋਂ ਮੂਵਮੈਂਟ ਚੱਲ ਪਈ ਹਰ ਥਾਂ ਸਿੱਖ ਅੰਗਰੇਜ਼ਾਂ ਨੂੰ ਕੱਢਣ ਦੀ ਖਤਰਾ ਘੱਟ ਵਾ ਦੁਨੀਆਂ ਦਾ ਨਕਸ਼ਾ ਦੇਖ ਲਓ ਜਾਵਾ ਸਮਾਟਰਾ ਦੇਖ ਲਓ ਹਰ ਥਾਂ ਸਿੱਖ ਜਿਹੜਾ ਹੈਗਾ ਉਹ ਅੰਗਰੇਜ਼ਾਂ ਨੂੰ ਕੱਢਣ ਦੀ ਦਿੱਕਤ ਵਾ ਉਹ ਲੜਾਈ ਦੇ ਵਿੱਚ ਸ਼ਾਮਿਲ ਆ ਸੋ ਮੇਰੀ ਨਜ਼ਰ ਦੇ ਵਿੱਚ ਇਹ ਬਣਦੀ ਆ ਵੀ ਇੰਟਰਨੈਸ਼ਨਲ ਐਂਗਲੋ ਸਿੱਖ ਬਾਰ ਬਣ ਜਾਂਦੀ ਆ ਜਿਹੜੀ ਗਦਰ ਮੂਵਮੈਂਟ ਆ ਸੋ ਮੈਂ ਜਿੰਨਾ ਕੁ ਸੀਗਾ ਸਟੱਡੀ ਕੀਤੀ ਉਹਨਾਂ ਤੁਹਾਡੇ ਨਾਲ ਸਾਂਝਾ ਕੀਤਾ ਅਤੇ ਬਾਕੀ ਬੁਲਾਰੇ ਹੋਰ ਬੈਠੇ ਨੇ ਬੜੇ ਵਿਦਵਾਨ ਨੇ ਸੋ ਸਮਾਂ ਬੜਾ ਘੱਟ ਆ ਅਤੇ ਜੇ ਕਿਸੇ ਕੋਈ ਦਿਲ ਦਿਖਾਵੀ ਗੱਲ ਕਹੀ ਗਈ ਹੋਵੇ ਮਾਫੀ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਗਦਰ ਲਹਿਰ ਵਿੱਚ ਗੁਰਦੁਆਰਿਆਂ ਦੀ ਭੂਮਿਕਾ ਅਤੇ ਰਾਹੀ ਸਾਹਿਬ ਨੇ ਬਹੁਤ ਜ਼ਿਆਦਾ ਮਹੱਤਵਪੂਰਨ ਗੱਲਾਂ ਜਿਹੜੀਆਂ ਸਾਡੇ ਵਿੱਚ ਰੱਖੀਆਂ ਨੇ ਜਿਵੇਂ ਮਰਦਮਸ਼ੁਮਾਰੀ ਦੀ ਹੋ ਗਈ ਗੱਲ 88% ਦੂਜੇ ਵਰਗ ਦੇ ਲੋਕ ਹੋਣ ਕਾਰਨ ਵੀ ਉਹਨਾਂ ਦੀ ਜਿਹੜੀ ਇਸ ਐਕਟੀਵਿਟੀ ਦੇ ਵਿੱਚ ਸ਼ਮੂਲੀਅਤ ਸੀ ਉਹ ਸਿਰਫ ਅਤੇ ਸਿਰਫ 5% ਸੀਗੀ ਅਤੇ ਸੋ ਇਹੀ ਜਿਹੀਆਂ ਹੋਰ ਗੱਲਾਂ ਵੀ ਗੁਰਦੁਆਰੇ ਦੇ ਤੋਂ ਹੀ ਜਿਹੜੀ ਇਹ ਗਦਰ ਲਹਿਰ ਦੀ ਮੁੱਢ ਵਜਿਆ ਹੈ ਉਸਦੇ ਕਾਰਨ ਜਿਹੜੇ ਪਿੱਛੇ ਸੀਗੇ ਰਹਿਤ ਮਰਿਆਦਾ ਦੇ ਉਹਨਾਂ ਦੇ ਸਰੂਪ ਨੂੰ ਉਹਨਾਂ ਦੇ ਸੱਭਿਆਚਾਰ ਵਿੱਚ ਆਉਣ ਦੇ ਅੜਿੱਕੇ ਸੀਗੇ ਜਿਹੜਾ ਉੱਥੇ ਗੁਰਦੁਆਰਿਆਂ ਦੀ ਲੋੜ ਮਹਿਸੂਸ ਕੀਤੀ ਅਤੇ ਉੱਥੋਂ ਹੀ ਜਿਹੜਾ ਗਦਰ ਲਹਿਰ ਦਾ ਮੁੱਢ ਵਜਿਆ ਮੈਂ ਡਾਕਟਰ ਸਰਬਜਿੰਦਰ ਸਿੰਘ ਜੀ ਦਾ ਜੀ ਆਇਆਂ ਕਰਦਾ ਅਤੇ ਜਸਪਾਲ ਸਿੰਘ ਜੀ ਸਿੱਧੂ ਪੱਤਰਕਾਰ UNI ਰਿਟਾਇਰਡ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਹਾਂ